सुतोल धाम तीर्था के तेरा धर धर्म के सुतोल धाम तीर्था के तेरा धर 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 मोद सो विनोद बरसत है धर धर मोद सो विनोद बरसत है सोहने सजीले राग रंग में रंगीले सोहने सजीले राग रंग में रंगीले नैन बांकरे छपीले छैल मौज दरसत है नैन बांकरे छपीले छैल मौज दरसत है संतन सो अच्छो मेल मीतन सोहा सिखे संतन सो अच्छो मेल मीतन सोहा सिखेल दूतन सो ठेला ठेल सेल सर सत है दूतन सो ठेला ठेल सेल सर सत है श्री गुरु गोबिंद सिंह चूके लाडले सपू श्री गुरु गोबिंद सिंह चूके लाडले सपू निहंग गुरु गोबिंद सिंह जी दे खालसे दा एक उत्तम रूप ए तर्मी योदे गुरु जी दे अपने समय दे सिखां दी याद ताज़ा करवा देंदे ने अपनी मौज विच मस्त साधुआं दी संगत विच चीण वाले ते प्रभु दे रंग विच थीण वाले इन्हां बांके छबीले निहंग सिंघां नूं गुरु गोबिंद सिंह जी दे लाडले सपूत भी कहा जाता है श्री गुरु गोबिंद सिंह झुके लाडले सपूत गुरु कलगी धर दी फौज आ निहंग सिंघां दी ते गरीब फौज आ राजे महाराजे भी आए राजे जोगी भी आए ते हठी तपी योधे है सूरमे आ इन्हां दा सारयां नूं करड़ा पहरा इन्हां दा बारह महीने इन्होंने नवा चुल्हा ताउणा जाके अज पड़ा इत्थे आ कल नूं पता नहीं कित्थे होना कित्थे नहीं होना ते बारह महीने नीली छत थले रहना कदे कमरे च नहीं पैना मीह आवे नेरी आवे बस आपदे घोड़े दे कोल ही पहरा रखना ते आपदा ही लंगर सजाउणा लोहे दे बर्तना दे विच ते खूह दा जल लैणा चाहे फिर जिहड़ा अपना हुण मोटरां चलियां इन्हां दा नलकियां दा जल नहीं वरना हठी तवी योधे सूरमे आ निहंग सानूं इउं कहिंदे ने निहंग कहिंदे ने मगरमच्छ नूं और बबर शेर नूं असीं गुरु गोबिंद सिंह साहिब जी दे बबर शेर हाँ मगरमच्छा जंग दे मैदान विच इस करके असीं गुरु के निहंग आ ए हंग हंगता तो रहत काम क्रोध लोभ मोह तो रहत दुई दवैत तो रहत लभ तो हंकार तो रहत मन है बस मन मर जाता साध मानना पैंदा जिवें कोई साधु साध घेरे इक बंद साधियां सिख रखदे हो ਸਾਡੇ 'ਚ ਕੀ ਫਰਕ ਹੈ ਨਾ ਅਸੀਂ ਕਿਤੇ ਐਂ ਦੇਖਣਾ ਵੀ ਇੱਥੇ ਮੰਜਾ ਮਿਲੂ ਜਾਂ ਨਾ ਮਿਲੂ ਮੰਜੇ ਸਾਡੇ ਕੋਲ ਕਿੱਥੇ ਹੁੰਦੇ ਜਿੱਥੇ ਪੈ ਗਏ ਜਗ੍ਹਾ ਮਿਲ ਗਈ ਆਸਣ ਨਾਲ ਨਹੀਂ ਕਿ ਪੈ ਗਿਆ ਮਨ ਹੈ ਪਹਿਲਾਂ ਬਾਬਾ ਜੀ ਮਨ ਮਾਰੋ ਤਨ ਜੋ ਤੇ ਕੋ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ ਦੇਹ ਆ ਨਿਤ ਨਾ ਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਤੇਜ ਤਮ ਨਾ ਇਹ ਤਮ ਬੁੱਧ ਸੋ ਦੀਪ ਜਿਉਂ ਉਜਿਆਰੈ ਗਿਆਨ ਹੈ ਕੀ ਬੜਨੀ ਮਨੁ ਹੱਥ ਲੈ ਕਾਤਰ ਦਾ ਕੁਤਬਾਰ ਬਹਾਰ ਹੈ ਜਦੋਂ ਬਾਹਰਲੇ ਦੁਸ਼ਮਣਾਂ ਨੂੰ ਅਤੇ ਜੁਲਮ ਜ਼ਾਲਮਾਂ ਨੂੰ ਨਾਸ਼ ਕਰਨ ਵਾਸਤੇ ਸ੍ਰੀ ਸਾਹਿਬ ਗੁਰੂ ਮਹਾਰਾਜ ਨੇ ਖਾਲਸੇ ਪੰਥ ਨੂੰ ਧਾਰਨ ਕਰਾਈ ਹੈ ਇਸ ਤਰ੍ਹਾਂ ਗਿਆਨ ਦੀ ਤਲਵਾਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜਿਹੜੇ ਸਰੀਰ ਦੇ ਕਾਮ ਕ੍ਰੋਧ ਲੋਭ ਮਾਨ ਸਰੀਰ ਨੂੰ ਨਾਸ਼ ਕਰਨ ਵਾਲੇ ਹਨ ਇਹਨਾਂ ਦਾ ਗਿਆਨ ਰੂਪੀ ਤਲਵਾਰ ਨੂੰ ਨਾਸ਼ ਕਰਨ ਵਾਸਤੇ ਗੁਰੂ ਮਹਾਰਾਜ ਦਾ ਹੁਕਮ ਹੈ ਗੁਰੂ ਕੇ ਸਿੱਖਾਂ ਦਾ ਸਾਰਿਆਂ ਨੇ ਪਿਆਰ ਕੋਈ ਐਸੀ ਗੱਲ ਨਹੀਂ ਹੁੰਦਾ ਵੀ ਜਾਣਾ ਗੁਰੂ ਦਾ ਸਿੱਖ ਜਿਹੜਾ ਉਹ ਕਿਸੇ ਨਾਲ ਹੀ ਵਿਰੋਧ ਨਹੀਂ ਕਰਦਾ ਉਹ ਤਾਂ ਸਾਰਿਆਂ ਨੂੰ ਇੱਕ ਹੀ ਸਮਝਦਾ ਵੀ ਜਿਵੇਂ ਮਾਨਸਿਕ ਜਾਤ ਸਭ ਮਾਨਸ ਪਹਿਚਾਣ ਮਨੁੱਖ ਦੀ ਜਾਤ ਮਨੁੱਖ ਹੀ ਹੁੰਦਾ ਖਾਲਸਾ ਸ਼ਾਂਤੀ ਦਾ ਪੁਜਾਰੀ ਹੈ ਖਾਲਸੇ ਦੇ ਅੰਦਰ ਸਭ ਨਾਲ ਪਿਆਰ ਹੈ ਖਾਲਸਾ ਸਭ ਦਾ ਸੰਗੀ ਹੈ ਸਾਥੀ ਹੈ ਉਹ ਗਰੀਬ ਦੀ ਰੱਖਿਆ ਕਰਨ ਵਾਸਤੇ ਆ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਆ ਜਿੱਥੇ ਕੋਈ ਜ਼ੁਲਮ ਹੁੰਦਾ ਉੱਥੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਆ ਮਰਜ਼ਾਦਾ ਗੁਰੂ ਨਾਨਕ ਦੀ ਜਦੀ ਆ ਰਹੀ ਹੈ ਜਿਵੇਂ ਗੁਰੂ ਨਾਨਕ ਜੀ ਆਏ ਅਤੇ ਉਹਨਾਂ ਨੂੰ ਕਿਹਾ ਜੀ ਤੁਸੀਂ ਜਨੇਊ ਪਾਓ ਅਤੇ ਮਰ ਗਿਆ ਜਨੇਊ ਪਾਉਣ ਦਾ ਕੀ ਫਾਇਦਾ ਦਇਆ ਕਪਾਹ ਸੰਤੋਖ ਸੂਤ ਮਰ ਗਿਆ ਦਇਆ ਚਾਹੀਦੀ ਹੈ ਕਪਾਹ ਤਾਂ ਜਿੱਥੇ ਸੰਤੋਖ ਜੇ ਸੂਤ ਆ ਉਸ ਤਾਂ ਸੰਤੋਖ ਹੋਣਾ ਚਾਹੀਦਾ ਸੰਤੋਖੀ ਹੋਣਾ ਚਾਹੀਦਾ ਅਤੇ ਜਦੋਂ ਉਹ ਜਨੇਊ ਨੂੰ ਜ਼ਬਰਦਸਤੀ ਉਹ ਰੰਗ ਜੇ ਬੁਲਾਉਣ ਲੱਗਾ ਅਤੇ ਗੁਰੂ ਤੇਗ ਬਹਾਦਰ ਨੇ ਕਿਹਾ ਮੈਂ ਨਹੀਂ ਲੈਣ ਦੇਣਾ ਜ਼ਬਰਦਸਤੀ ਨਹੀਂ ਹੋਣ ਦੇਣੀ ਕਹਿਣ ਦਾ ਭਾਵ ਲੜਾਈ ਲੜਨੀ ਹੈ ਧਰਮ 'ਤੇ ਧਰਮ 'ਤੇ ਦੀਨ ਵਜੂ ਗਿਆ ਹਮ ਅਕਾਲੀ ਸਭ ਕੇ ਵਾਲੀ ਮਰ ਗਿਆ ਇਹ ਅਕਾਲੀ ਬਾਣਾ ਹੈ ਸਭ ਕਾ ਵਾਲੀ ਹੈ
ਕਿਸੇ ਧਰਮ ਦੇ ਵੀ ਧੱਕਾ ਨਾ ਹੋਵੇ। ਹਮ ਅਕਾਲੀ ਸਭ ਕੇਵਾਲੀ, ਹਮਰਾ ਪੰਥ ਨਿਆਰਾ ਹੈ, ਨਿਆਰਾ ਪੰਥ ਆ, ਅਤੇ ਮਤਲਬ ਇਹ ਧਰਮ ਦੇ ਲੜਨ ਵਾਲਾ, ਕਿਸੇ ਦੇ ਨਾਲ ਧੱਕਾ ਨਾ ਹੋਵੇ। ਕਹਿੰਦਾ ਬਾਬਾ ਜਿੱਥੇ ਧਰਮ ਦੀ ਲੋੜ ਪੈ ਧਰਮ 'ਤੇ ਜੂਝਣ ਵਾਸਤੇ ਹੈ, ਬਾਕੀ ਕਿਸੇ ਦਾ ਬੁਰਾ ਭਲਾ ਨਹੀਂ, ਸਭ ਦਾ ਸਰਬੱਤ ਦੇ ਭਲੇ ਵਾਸਤੇ ਇਹ ਮਹਾਰਾਜ ਸਾਜਨਾ ਪੰਥੀ ਕੀਤੀ ਹੈ। ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੋਏ ਆਗੇ, ਖਾਲਸਾ ਸੋਏ ਪ੍ਰਤਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਦੀਨ ਦੁਖੀ ਦੀ ਰੱਖਿਆ ਅਤੇ ਇਨਸਾਫ ਦੀ ਬੁਲੰਦੀ ਲਈ ਕੀਤੀ ਸੀ। ਇਸੇ ਇਤਿਹਾਸਕ ਪ੍ਰਕਿਰਿਆ ਵਿੱਚ ਨਿਹੰਗ ਖਾਲਸੇ ਦਾ ਵਿਸ਼ੇਸ਼ ਰੂਪ ਬਣ ਕੇ ਉਭਰੇ। ਸਿੱਖ ਸਮਾਜ ਦੇ ਮਹਾਨ ਸੇਵਕ ਨਵਾਬ ਕਪੂਰ ਸਿੰਘ ਨੇ ਨਿਹੰਗ ਸਿੰਘਾਂ ਦੇ ਦੋ ਦਲ ਬਣਾ ਦਿੱਤੇ ਸਨ। ਇੱਕ ਨੂੰ ਉਹਨਾਂ ਬਾਬਾ ਬੁੱਢਾ ਦਲ ਕਿਹਾ ਅਤੇ ਦੂਸਰੇ ਨੂੰ ਤਰੁਣਾ ਦਲ। ਤਰੁਣਾ ਦਲ ਨੌਜਵਾਨਾਂ ਦੀ ਸ਼ਕਤੀ ਨੂੰ ਇਕਾਗਰ ਕਰਕੇ ਗਰੀਬ ਗੁਰਬੇ ਦੀ ਰੱਖਿਆ ਕਰਦਾ ਸੀ ਅਤੇ ਮੁਗਲ ਰਾਜ ਦੇ ਜ਼ੁਲਮਾਂ ਦੇ ਵਿਰੁੱਧ ਡਟ ਜਾਂਦਾ ਸੀ। ਇਸੇ ਦਲ ਨੇ ਅਮਨ, ਇਨਸਾਫ ਅਤੇ ਧਰਮ ਦੀ ਰੱਖਿਆ ਲਈ ਯੁੱਧ ਕੀਤਾ। ਬੁੱਢਾ ਦਲ ਇਸ ਜੋਸ਼ ਨੂੰ ਹੋਸ਼ ਦਿੰਦਾ ਸੀ। ਨਿਰਧਨ ਦਾ ਪਾਲਣ ਅਤੇ ਦੁਸ਼ਮਣ ਦਾ ਮੁਕਾਬਲਾ ਦੋਹਾਂ ਦਲਾਂ ਦਾ ਸਾਂਝਾ ਟੀਚਾ ਸੀ। ਜਿੱਥੇ ਬੁੱਢਾ ਦਲ ਸਿੱਖ ਸਿਧਾਂਤ ਦੀ ਰੱਖਿਆ ਕਰਦਾ ਸੀ, ਉੱਥੇ ਤਰੁਣਾ ਦਲ ਸਿੱਖ ਵਿਹਾਰ ਨੂੰ ਅੱਗੇ ਤੋਰਦਾ ਸੀ। ਜਿਵੇਂ ਜਿਵੇਂ ਨਿਹੰਗ ਸਿੰਘਾਂ ਦੀ ਫੌਜ ਵਧੀ, ਉਹਨਾਂ ਦੇ ਦਲਾਂ ਦੀ ਗਿਣਤੀ ਵੀ ਵਧਦੀ ਗਈ। ਹਰ ਇੱਕ ਦਲ ਦਾ ਆਪਣਾ ਇੱਕ ਖੇਤਰ ਹੈ ਜਿੱਥੇ ਉਹ ਸਰਗਰਮ ਰਹਿੰਦਾ ਹੈ। ਵਾਹਿਗੁਰੂ ਦਾ ਨਾਮ ਜਪਣ ਅਤੇ ਲੋਕਾਂ ਦੀ ਸੇਵਾ ਕਰਨ ਤੋਂ ਵੱਧ ਉਹਨਾਂ ਦੀ ਕੋਈ ਇੱਛਾ ਨਹੀਂ। ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ, ਇਸ ਦਲ ਦਾ ਕੇਂਦਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੈ। ਤਰੁਣਾ ਦਲ ਹਰੀਆਂ ਬੇਲਾਂ ਵਾਲੇ ਦੇ ਜਥੇਦਾਰ ਨੇ ਬਾਬਾ ਅਜੀਤ ਸਿੰਘ, ਇਹਨਾਂ ਦਾ ਕੇਂਦਰ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਬਾਬਾ ਦਇਆ ਸਿੰਘ, ਆਪ ਜਥੇਦਾਰ ਨੇ ਬਾਬਾ ਬਿਧੀ ਚੰਦ ਦਲ ਦੇ, ਜਿਸ ਦਾ ਮੁੱਖ ਸਥਾਨ ਪੱਟੀ ਵਿੱਚ ਹੈ, ਪੁਰਾਤਨ ਤਰਣਾ ਦਲ ਦੇ ਸਿੰਘਾਂ ਦੀ ਛਾਉਣੀ, ਅਤੇ ਦਲ ਦੇ ਜਥੇਦਾਰ ਬਾਬਾ ਕੁੰਦਨ ਸਿੰਘ, ਦਲ ਦਾ ਮੁੱਖ ਸਥਾਨ ਹੈ ਭਿੱਖੀ ਪਿੰਡ। ਗੁਰੂ ਨਾਨਕ ਦਲ ਮੜੀਆਂ ਵਾਲੇ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ, ਇਹਨਾਂ ਦਾ ਮੁੱਖ ਸਥਾਨ ਗੁਰਦਾਸਪੁਰ ਦੇ ਨੇੜੇ ਬਟਾਲਾ। ਬਾਬਾ ਤਰਲੋਕ ਸਿੰਘ, ਜਥੇਦਾਰ ਤਰੁਣਾ ਦਲ ਚੌਂਕ ਮਹਿਤਾ। ਛਾਉਣੀ ਮਾਲਵਾ ਤਰੁਣਾ ਦਲ ਦਮਦਮਾ ਸਾਹਿਬ, ਅਤੇ ਦਲ ਦੇ ਜਥੇਦਾਰ ਬਾਬਾ ਲਾਲ ਸਿੰਘ।
ਇਹ ਛਾਉਣੀ ਹੈ ਬਾਬਾ ਵੀਰ ਸਿੰਘ ਮਿਸਲ ਦੇ ਨਿਹੰਗ ਸਿੰਘਾਂ ਦੀ। ਇਸ ਮਿਸਲ ਯਾਨੀ ਦਲ ਦੇ ਜਥੇਦਾਰ ਨੇ ਬਾਬਾ ਬਲਕਾਰ ਸਿੰਘ। ਵੱਖ ਵੱਖ ਛਾਉਣੀਆਂ ਵਿੱਚ ਬੈਠੀ ਗੁਰੂ ਦੀ ਇਸ ਖਾਲਸਾ ਫੌਜ ਵਿੱਚ ਸਮਾਨਤਾ ਹੈ ਉਸ ਅਧਿਆਤਮਿਕ ਟੀਚੇ ਦੀ ਜਿਸ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ। ਬਾਬਾ ਜੀ ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ? ਜਥੇਦਾਰ ਦੀ ਚੋਣ ਜਿਹੜੀ ਹੈ ਉਹ ਸਾਡੇ ਵਿੱਚ ਇਸ ਤਰ੍ਹਾਂ ਵੋਟ ਨਹੀਂ ਪੈਂਦੇ, ਹੋਰ ਕੋਈ ਕਿਸੇ ਦੇ ਮਸਲਾ ਮਸ਼ਵਰਾ ਨਹੀਂ ਹੁੰਦਾ। ਜਦੋਂ ਜਥੇਦਾਰ ਪਹਿਲਾਂ ਚੜ੍ਹਾਈ ਕਰ ਜਾਂਦਾ ਫਿਰ ਸਾਰੀ ਸੰਗਤ ਇਕੱਤਰ ਹੁੰਦੀ ਹੈ ਮਹਾਰਾਜ ਦੀ ਤਾਬਿਆ 'ਚ, ਅਤੇ ਉਹਨਾਂ 'ਚੋਂ ਫਿਰ ਸਾਰਿਆਂ ਸਿੰਘਾਂ ਉੱਤੇ ਸਿੱਖ ਪੰਥ ਨਿਗਾਹ ਮਾਰ ਲੈਂਦਾ। ਜਿਹੜਾ ਯੋਗ ਪੁਰਸ਼ ਹੋਵੇ ਇਹਦੇ 'ਚ ਇਹ ਕੋਈ ਸਵਾਲ ਨਹੀਂ, ਇਹ ਮਾਝੇ ਦਾ ਹੋਵੇ, ਮਾਲਵੇ ਦਾ ਹੋਵੇ, ਦੁਆਬੇ ਦਾ ਹੋਵੇ, ਹਿੰਦੁਸਤਾਨ ਦੇ ਕਿਸੇ ਵੀ ਜਗ੍ਹਾ ਦਾ ਹੋਵੇ, ਉਹਦੀ ਯੋਗਤਾ ਦੇਖਦੇ ਨੇ ਵੀ ਉਹ ਯੋਗ ਹੈ ਇਸ ਦੇ ਚਲਾਉਣ ਦਾ, ਅਤੇ ਉਸ ਨੂੰ ਸਾਰੇ ਇੱਕ ਮਤ ਨਾਲ ਪ੍ਰਵਾਨ ਕਰ ਲੈਂਦੇ ਨੇ। ਅੱਜ ਤਾਈਂ ਸਾਡੇ ਵਿੱਚ ਇਹ ਗੱਲ ਨਹੀਂ ਦੇਖਣ 'ਚ ਆਈ ਜਾਂ ਫੁੱਟ ਜਾਂ ਕੋਈ ਪਾਟੋ ਧਾੜ ਜਾਂ ਕੋਈ ਇਹਦੇ ਖਿਲਾਫ, ਜਿਹੜਾ ਇੱਕ ਗੁਰਮਤਾ ਫਿਰ ਸਾਡੇ 'ਚ ਜਥੇਬੰਦੀ ਹੈ ਪੰਜ ਪਿਆਰੇ ਵੀਰ ਦੇ ਵਿੱਚ, ਜੈਸੇ ਦੇਗੀਆ ਸਿੰਘ ਹੈ, ਗ੍ਰੰਥੀ ਸਿੰਘ ਹੈ, ਲਾਂਗਰੀ ਸਿੰਘ ਹੈ, ਨਗਾਰਚੀ ਸਿੰਘ ਹੈ, ਨਿਸ਼ਾਨਚੀ ਸਿੰਘ ਹੈ, ਜਿਹੜੇ ਨਿਸ਼ਾਨ ਲੈ ਕੇ ਅੱਗੇ ਤੁਰਦੇ ਨੇ ਔਰ ਨਗਾਰਾ ਜਿਹੜੇ ਵਜਾਉਂਦੇ ਨੇ ਔਰ ਦੇਗ ਵਰਤਾਉਂਦੇ ਨੇ, ਲੰਗਰ ਵਰਤਾਉਂਦੇ ਨੇ, ਇਹ ਪੰਜ ਪਿਆਰੇ ਮੁਖੀ ਹੁੰਦੇ ਨੇ। ਇਹ ਪੰਜ ਪਿਆਰੇ ਇਕੱਤਰ ਹੋ ਕੇ ਜਿਹੜੀ ਗੱਲ ਕਹਿ ਦੇਣ ਵੀ ਇਹ ਹੋਣਾ ਚਾਹੀਦਾ, ਇਹ ਨਿਰਪੱਖ ਹੁੰਦੇ ਨੇ, ਅਤੇ ਉਹ ਫਿਰ ਸਾਰਾ ਪੰਥ ਉਸ ਨੂੰ ਪ੍ਰਵਾਨਗੀ ਦਿੰਦਾ ਹੈ, ਪ੍ਰਵਾਨ ਕਰਕੇ ਉਸ ਤਰ੍ਹਾਂ ਜਥੇਦਾਰ ਬਣਾ ਲੈਂਦੇ ਨੇ। ਸਾਡੇ ਨਿਹੰਗ ਸਿੰਘਾਂ ਵਿੱਚ ਇਹ ਹੈ ਕਿ ਸਾਡੇ ਨਿਹੰਗ ਸਿੰਘਾਂ ਦਾ ਜਥੇਦਾਰ ਘੋੜਿਆਂ ਦੀ ਹਲੇਦ ਵੀ ਹਟਾ ਸਕਦਾ, ਝਾੜੂ ਵੀ ਦੇ ਸਕਦਾ, ਲੰਗਰ ਵੀ ਪਕਾ ਸਕਦਾ, ਜਲ ਵੀ ਛਕਾ ਸਕਦਾ, ਸਾਰੀ ਸੇਵਾ, ਕਿਉਂਕਿ ਸਾਡੇ ਸਤਿਗੁਰੂ ਸਾਹਿਬ ਵੀ ਸਾਰੀ ਸੇਵਾ ਕਰਦੇ ਸਨ, ਅਤੇ ਜਥੇਦਾਰ ਤਾਂ ਇੱਕ ਸੰਗਤ ਨੇ ਮਾਣ ਹੀ ਬਖਸ਼ਿਆ ਹੁੰਦਾ, ਬਾਕੀ ਸਿੱਖੀ ਤਾਂ ਜਿਹੜੀ ਹੈ ਜੋ ਸਿਧਾਂਤ ਨੇ ਜੋ ਸਾਨੂੰ ਮਤਲਬ ਗੁਰੂ ਸਾਹਿਬਾਂ ਦੀ ਦੇਣ ਜਾਂ ਸਤਸੰਗਤ ਦੀ ਦੇਣ, ਉਹਦੇ ਅਨੁਸਾਰ ਗੁਰਸਿੱਖ ਸੇਵਾਦਾਰ ਵੀ ਹੈ ਨਾ। ਜਥੇਦਾਰ ਤਾਂ ਠੀਕ ਹੈ, ਪੰਥ ਨੇ ਸੰਗਤ ਨੇ ਬਖਸ਼ੀ ਹੈ, ਅਤੇ ਬਾਕੀ ਇੱਥੇ ਗੁਰੂ ਘਰ ਵਿੱਚ ਸੇਵਾ ਕਰਕੇ ਹੀ ਮਾਣ ਮਿਲਦਾ। ਮੁਲਕ ਉਸੇ ਕੋ ਨਾ ਹੈ ਨਿਸ਼ਾਨੀ, ਖੜੇ ਸੋਵੇ ਓ ਚਲਤੇ ਖਾਏ, ਨਹ ਬੈਠੇ ਵੇ ਕਿਤੇ ਗਿਰਾਏ, ਨਹ ਬੈਠੇ ਵੇ ਕਿਤੇ ਗਿਰਾਏ, ਨਹ ਬੈਠੇ ਵੇ। ਜ਼ਿੰਦਗੀ ਦੇ ਸਵਾਦਾਂ ਤੋਂ ਮੁਕਤ ਹੋ ਕੇ ਜੀਣ ਵਾਲੇ ਨਿਹੰਗ ਸਿੰਘ ਸੰਸਾਰਕ ਮੋਹਾਂ ਨੂੰ ਲਤਾੜ ਕੇ ਚੱਲਦੇ ਨੇ। ਉਹ ਬੈਠਦੇ ਨੇ ਛਾਉਣੀ ਪਾ ਕੇ ਅਤੇ ਚੱਲਦੇ ਨੇ ਵਹੀਰ ਬਣ ਕੇ। ਸਾਰੀ ਧਰਤੀ ਉਹਨਾਂ ਦਾ ਘਰ ਹੈ ਅਤੇ ਆਕਾਸ਼ ਉਸ ਘਰ ਦੀ ਛੱਤ, ਪਰ ਉਹ ਘਰ ਕਾਟ ਖਾਣਾ ਪੀਣਾ ਸੁੱਖ ਦੁੱਖ ਅਤੇ ਗਰਮੀ ਸਰਦੀ ਦੇ ਖਿਆਲ ਤੋਂ ਉੱਤੇ ਉੱਠ ਕੇ ਗੁਰੂ ਦੇ ਦਰਸਾਏ ਰਾਹ 'ਤੇ ਚੱਲਦਿਆਂ ਮਰ ਮਿਟਣ ਦੀ ਇੱਛਾ ਵਿੱਚ ਜਿਉਂਦੇ ਨੇ। ਸਿਮਰਨ ਅਤੇ ਸੇਵਾ ਦੇ ਇਹਨਾਂ ਵਪਾਰੀਆਂ ਦੀ ਕਮਾਈ ਹੈ ਇੱਕ ਦੀਵਾਨਗੀ, ਆਪਣੇ ਗੁਰੂ ਦੇ ਪੰਥ 'ਤੇ ਚੱਲਣ ਦੀ ਦੀਵਾਨਗੀ। ਗੁਰੂ ਦੇ ਮਾਰਗ ਦੀ ਇਹ ਯਾਤਰਾ ਉਸ ਨਦੀ ਦੇ ਤੁਲ ਹੈ ਜੋ ਕਿਤੇ ਨਹੀਂ ਰੁਕਦੀ, ਇੱਕ ਐਸਾ ਵਹਿਣ ਜੋ ਅਟੁੱਟ ਹੈ, ਐਸਾ ਵਹਿਣ ਜੋ ਨਿਰਵੈਰ ਹੈ, ਨਿਰਭਉ ਹੈ, ਜਿਸ ਵਿੱਚ ਜੀਣ ਦੀ ਲਾਲਸਾ ਤਾਂ ਹੈ ਪਰ ਮਰਨ ਦਾ ਡਰ ਉੱਕਾ ਹੀ ਨਹੀਂ। ਸਿੰਘ ਜੀ ਆਮ ਤੌਰ 'ਤੇ ਚੱਲਦੇ ਵਹੀਰ ਵਿੱਚ ਹੀ ਰਹਿੰਦੇ ਹਨ, ਉਹ ਕਿਧਰੇ ਛਾਉਣੀ ਪੱਕੀ ਕਿਉਂ ਨਹੀਂ ਪਾਉਂਦੇ? ਖਾਲਸਾ ਜਿਹੜਾ ਇਹ ਸਤਿਗੁਰੂ ਜੀ ਦੇ ਇਹ ਬਾਣੀ ਅਤੇ ਬਾਣਾ ਅਤੇ ਨਿਸ਼ਾਨ ਧੌਂਸਾ ਲੈ ਕੇ ਦੇਸਾਂ ਪ੍ਰਦੇਸਾਂ 'ਚ ਵਿਚਰਦਾ ਹੈ, ਅਤੇ ਗੁਰੂ ਸਾਹਿਬ ਦਾ ਜਿਹੜਾ ਬਾਣਾ ਹੈ ਇਹਨੂੰ ਕੋਣੇ ਕੋਣੇ 'ਤੇ ਦਰਸਾਉਂਦੇ ਹੈ, ਦਰਸ਼ਨ ਸੰਗਤਾਂ ਨੂੰ ਕਰਵਾਉਂਦੇ ਹੈ, ਚੱਲਦੇ ਫਿਰਦੇ ਰਹਿੰਦੇ ਹੈ, ਇਹਨਾਂ ਨੂੰ ਬਹਿਣ ਦਾ ਹੁਕਮ ਨਹੀਂ ਹੈ। ਗੁਰੂ ਕੇ ਧਾਮਾਂ 'ਤੇ ਜਾਣਾ, ਜੋੜ ਮੇਲੇ ਮਨਾਉਣੇ, ਸਤਿਗੁਰੂ ਜੀ ਦੇ ਧੂਮਧਾਮ ਨਾਲ ਲੰਗਰ ਚਲਾਉਣੇ, ਮਹਾਰਾਜ ਜੀ ਦੇ ਦਰਬਾਰ ਸਜਾਉਣੇ, ਖੰਡ ਪਾਠ ਕਰਨੇ, ਜੋੜ ਮੇਲੇ ਮਨਾ ਕੇ ਫਿਰ ਹੋਲੇ ਮਹੱਲੇ ਖੇਡਣੇ, ਦੌੜਾਂ ਕਰਨੀਆਂ, ਗੱਤਕੇ ਬਾਜੀ ਖੇਡਣੀ। ਖਾਲਸਾ ਨਾ ਪੱਕੀ ਛਾਉਣੀ ਪਾਵੇ
ਤੇ ਹਰ ਵੇਲੇ ਤਿਆਰ ਬਰ ਤਿਆਰ ਰਵੇ। ਇਹ ਵੀ ਇਹਨਾਂ ਨੂੰ ਹਦਾਇਤ ਸਤਿਗੁਰਾਂ ਦੀ ਦਿੱਤੀ ਹੋਈ ਹੈ। ਹਾਂਜੀ, ਖਾਲਸਾ ਘੋੜਿਆਂ ਦੀਆਂ ਕਾਠੀਆਂ 'ਤੇ ਪਹਿਲੇ ਇਤਿਹਾਸ ਵੀ ਆਉਂਦੇ ਆ ਜੀ। ਉਹਦੇ ਖਾਲਸਾ ਜਿਹੜਾ ਹੈ ਘੋੜਿਆਂ ਦੀਆਂ ਕਾਠੀਆਂ 'ਤੇ ਸਾਇੰਕਾਲ ਦਾ ਜੰਗ ਯੁੱਧ ਸਮੇਂ ਬਹੁਤ ਭਿਆਨਕ ਹੁੰਦੇ ਸੀ ਅਤੇ ਕਾਹਨੂਆਲ ਦੇ ਸ਼ੰਭ 'ਚ ਖਾਲਸਾ ਪੰਥ ਰਹਿੰਦੇ ਹੁੰਦੇ ਸੀ ਅਤੇ ਉੱਥੇ ਵੀ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਵਿਰਾਜਦੇ ਸੀ। ਘੋੜਿਆਂ ਤੋਂ ਵੀ ਨਹੀਂ ਸੀ ਉਤਰਦੇ ਅਤੇ ਜੰਗ ਵੀ ਕਰਨਾ ਅਤੇ ਮਹਾਰਾਜ ਦੀ ਬਾਣੀ ਵੀ ਨਾਲ ਪੜ੍ਹਨੀ, ਆਸਾ ਦੀ ਵਾਰ ਦੇ ਕੀਰਤਨ ਵੀ ਕਰਨੇ ਅਤੇ ਨਿਤਨੇਮ ਵੀ ਨਾਲ ਰੱਖਣਾ। ਆਪਣੀ ਮਰਯਾਦਾ ਹੈ, ਪਹਿਲਾਂ ਨਿਤਨੇਮ ਕਰਨਾ, ਫਿਰ ਲੰਗਰ ਦੇਗ ਵਰਤਣਾ, ਗੱਫੇ ਪਾਣੀ ਦੇਗਾਂ ਛੱਕ ਕੇ, ਉਸ ਤੋਂ ਬਾਅਦ ਚਾਲਾ ਕਰਨਾ। ਨਿਸ਼ਾਨ ਧੌਂਸਿਆਂ ਦਾ ਅਰਦਾਸਾ ਸੋਧ ਕੇ ਅਸੀਂ ਚਾਲਾ ਪਵਾ ਦਿੰਦੇ ਹਾਂ। ਅਗਲਾ ਪੜਾਅ ਦੱਸ ਦਿੰਦੇ ਵੀ ਫਲਾਣੇ ਪੜਾਅ 'ਤੇ ਭਾਈ ਚੱਲਣਾ ਅਤੇ ਦੂਸਰੀ ਸਾਡੀ, ਪਹਿਲਾਂ ਅਸੀਂ ਪਾਲਕੀ ਚਲਾਉਂਦੇ ਸੀ ਗੁਰੂ ਮਹਾਰਾਜ ਦੀ ਗੱਡੀ ਜਿਹੜੀ ਛੋਟੀ, ਹੁਣ ਮੈਂ ਟਰੱਕ ਚਲਾਉਂਦਾ। ਹਾਂਜੀ, ਬਰਤਨ ਭਾਂਡਾ ਰਾਸ਼ਨ ਪਾਣੀ, ਸਿੰਘਾਂ ਦਾ ਬਸਤਰ ਲੀੜਾ ਬਿਸਤਰੇ ਉਹ ਸਾਰੇ ਟਰੱਕ 'ਚ ਹੁੰਦੇ ਨੇ। ਕੁਛ ਰੇੜੇ ਨੂੰ ਘੋੜਿਆਂ ਵਾਲੇ ਉਹਦੇ 'ਚ ਹੁੰਦੇ ਨੇ, ਉਹ ਘੋੜਿਆਂ 'ਤੇ ਚੱਕਰ ਨਾਲ ਤੁਰੇ ਜਾਂਦੇ ਨੇ। ਉਹਨਾਂ ਨੂੰ ਕਹੀਦਾ ਭਾਈ ਕਿਸੇ ਦਾ ਉਲਾਂਭਾ ਰਸਤੇ ਰਸਤੇ ਜਾਣਾ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਸਿੱਧੇ ਆਪਣੇ ਪੜਾਅ 'ਤੇ ਆਓ। ਸਿਰਫ ਉੱਥੇ ਜਾਂਦੇ ਜਿੱਥੇ ਕੋਈ ਸਾਨੂੰ ਸੱਦੇ। ਉੱਥੇ ਪਹਿਲੀ ਗੱਲ ਹੈ ਜਗ੍ਹਾ ਵੇਖਦੇ ਹਾਂ ਵੀ ਇੱਥੇ ਸਾਰੀ ਫੌਜ ਦਾ ਨਿਰਵਾਹ ਹੋਜੂ, ਘੋੜੇ ਲੱਗ ਜਾਣਗੇ, ਲੰਗਰ ਦੇਗ ਲੱਗ ਜਾਏਗਾ, ਦਰਬਾਰ ਲੱਗ ਜਾਏਗਾ, ਇਹ ਸਾਰੀ ਸੈੱਟ ਕਰਦੇ ਹਾਂ ਚੀਜ਼। ਫਿਰ ਜਥਾ ਸ਼ਕਤ ਜੈਸਾ ਜੈਸਾ ਜਗ੍ਹਾ ਹੁੰਦੀ ਹੈ ਵੈਸਾ ਵੈਸਾ ਉੱਥੇ ਜਿੱਥੇ ਲੰਗਰ ਵਾਲੀ ਜਗ੍ਹਾ ਉੱਥੇ ਲੰਗਰ ਲੱਗ ਜਾਂਦਾ, ਜਿੱਥੇ ਘੋੜੇ ਲੱਗਣੇ ਹੁੰਦੇ ਉੱਥੇ ਘੋੜੇ ਲਾਏ ਜਾਂਦੇ ਨੇ, ਜਿੱਥੇ ਗੱਡੀਆਂ ਖੜ੍ਹਨੀਆਂ ਹੋਣ ਉੱਥੇ ਗੱਡੀਆਂ ਲਾਈਆਂ ਜਾਂਦੀਆਂ, ਜਿੱਥੇ ਦਰਬਾਰ ਦੀ ਜਗ੍ਹਾ ਹੋਵੇ ਉੱਥੇ ਦਰਬਾਰ ਸਜਾਇਆ ਜਾਂਦਾ। ਇਹ ਰੋਜ਼ ਪਹਿਰਾ ਕਰਨਾ ਹੈ ਜਾ ਕੇ। ਪੜਾਅ ਇੱਕ ਦਿਨ ਦਾ ਹੁੰਦਾ, ਇੱਕ ਰਾਤ ਦਾ ਜਾਂ ਦੋ ਰਾਤਾਂ ਦਾ। ਬਾਬਾ ਜੀ, ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ? ਅੰਮ੍ਰਿਤ ਵੇਲੇ 1 ਵਜੇ ਨਗਾਰੇ 'ਤੇ ਜੋਬ ਲੱਗਦੀ ਹੈ ਜਾਗਣ ਦੀ। ਵੈਸੇ ਤਾਂ ਮਹਾਰਾਜ ਦਾ ਲਿਖਿਆ ਰਿਹਾ ਤੇ ਨਾਮ ਖਾਲਸਾ ਸੋ ਜੋ ਸਦਾ ਸਦ ਜਾਗਤ, ਸਦਾ ਜਾਗਣ ਦਾ ਹੁਕਮ ਹੈ, ਕਿਉਂਕਿ ਨਾਮ ਜੂ ਜਪਣਾ ਸਿਮਰਨ ਕਰਨ ਵਾਸਤੇ ਇਹਨੂੰ ਸਦਾ ਜਾਗਦੇ ਰਹਿਣ ਦਾ, ਸੌਣ ਦਾ ਟਾਈਮ ਨਹੀਂ ਹੈ, ਸੌਣ ਦਾ ਤਾਂ ਟਾਈਮ ਦਿੱਤਾ ਹੀ ਨਹੀਂ ਮਹਾਰਾਜ ਨੇ, ਉਹ ਜਾਗਦੇ ਰਹਿਣਾ। ਅਤੇ ਫਿਰ ਆਪਣਾ ਨਿਤਨੇਮ ਹੋਵੇਗਾ ਜਪ ਜੀ ਸਾਹਿਬ ਦਾ, ਸ਼ਬਦ ਹਜ਼ਾਰੇ ਪੜ੍ਹੇ ਜਾਣਗੇ, ਫਿਰ ਸੁਖਮਣੀ ਸਾਹਿਬ ਦਾ ਪਾਠ ਹੋਵੇਗਾ, ਫਿਰ ਅਕਾਲ ਸਿੱਖ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਚੰਡੀ ਦਾ ਪਾਠ ਹੋਵੇਗਾ, ਪਾਠ ਤੋਂ ਬਾਅਦ ਫਿਰ ਆਸਾ ਦੀ ਵਾਰ ਦਾ ਪਾਠ ਹੋਵੇਗਾ, ਆਸਾ ਦੀ ਵਾਰ ਦੀ ਸਮਾਪਤੀ ਤੋਂ ਅਤੇ ਫਿਰ ਕਥਾ ਹੋਵੇਗੀ। ਅਤੇ ਜੇ ਕਥਾਕਾਰ ਨਾ ਹੋਣ ਤਾਂ ਫਿਰ ਅਰਦਾਸ ਹੋ ਜਾਏਗੀ, ਪ੍ਰਸ਼ਾਦ ਵਰਤਿਆ ਜਾਏਗਾ, ਫਿਰ ਸਮਾਪਤੀ ਹੋਵੇਗੀ। ਸੇਵਾਦਾਰ ਫਿਰ ਆਪੋ ਲੰਗਰ ਵਾਲੇ ਲੰਗਰ 'ਚ ਚਲੇ ਜਾਣਗੇ, ਸਾਰੇ ਆਪੋ ਆਪਣੀਆਂ ਸੇਵਾ ਘੋੜਿਆਂ ਵਾਲੇ ਘੋੜਿਆਂ ਦੀ ਸੇਵਾ 'ਚ ਚਲੇ ਜਾਣਗੇ, ਮੁਖੀਏ ਜਿਹੜੇ ਆਪਦੇ ਆਸਣ 'ਤੇ ਚਲੇ ਜਾਣਗੇ ਆਈ ਗਈ ਸੰਗਤ ਦੇ ਨਾਲ ਮੇਲ ਜੋਲ ਕਰਨ ਵਾਸਤੇ। ਵਹੀਰ ਤਾਂ ਚੱਲਦਾ ਵੀ ਹੀ ਰਹਿੰਦਾ, ਕਿਤੇ ਹੀ ਖੜ੍ਹਦਾ 2-4 ਦਿਨ 10 ਦਿਨ ਕਿਤੇ, ਉਹ ਵੀ ਆਪਣੇ ਪੜਾਅ 'ਤੇ ਜਿੱਥੇ ਕੋਈ ਆਪਣਾ ਹੈਡਕੁਆਟਰ ਪੱਕਾ ਹੋਵੇ, ਨਹੀਂ ਤਾਂ ਚੱਲਦਾ ਵੀ ਹੀ ਰਹਿੰਦਾ। ਅਤੇ ਤੁਸੀਂ ਬੱਸਾਂ 'ਤੇ ਚੱਲਦੇ ਹੋ ਕਿ ਆਪਣੇ ਘੋੜੇ ਨੇ? ਸਾਡੇ ਕੋਲ ਘੋੜੇ ਆ ਜੀ ਆਪਣੇ, ਉਹਨਾਂ ਦੇ ਉੱਤੇ। ਹਾਂਜੀ, ਹੁਣ ਇੱਥੋਂ ਪੜਾਅ ਚੁੱਕ ਰਹੇ ਹੋ? ਹਾਂਜੀ, ਅਤੇ ਅਗਲਾ ਪੜਾਅ ਹੁਣ ਕਿੱਥੇ ਹੋਣਾ? ਅਗਲਾ ਹੁਣ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਹੋਊਗਾ ਜੀ। ਇਹ ਕਿੰਨਾ ਕਿੰਨਾ ਘੋੜੇ ਦੀ ਰਸਤਾ ਹੈ? ਇਹ ਲੱਗ ਜਾਣਗੇ ਜੀ ਕੋਈ 10-12 ਦਿਨ। ਅੱਛਾ, 10-12 ਦਿਨ 'ਚ ਹੌਲੀ ਹੌਲੀ ਵੀਰ ਪੜਾਵੀਂ ਪੜਾਵੀਂ ਚੱਲਿਆ ਜਾਂਦਾ ਜੀ। ਅੱਛਾ, ਰਸਤੇ 'ਚ ਪੜਾਵੀਂ ਪੜਾਵੀਂ ਚੱਲਦੇ ਹੋ? ਹਾਂਜੀ। ਜਿੱਥੇ ਜਿੱਥੇ ਜਾ ਕੇ ਰੁਕਦੇ ਹੋ ਉੱਥੇ ਫਿਰ ਲੰਗਰ ਪਾਣੀ ਦਾ ਇੰਤਜ਼ਾਮ? ਆਪਣਾ ਆਪਦਾ ਹੀ ਹੁੰਦਾ ਜੀ ਲੰਗਰ ਪਾਣੀ ਦਾ ਇੰਤਜ਼ਾਮ, ਆਪਣੇ ਲਾਂਗਰੀ ਲਾਂਗਰੀ ਆਪਣੀ ਰਸਤਬਾ ਸਾਰਾ ਕੁਝ ਨਾਲ ਹੁੰਦਾ ਹੈਗਾ ਵਹੀਰ ਦੇ। ਇਹ ਹੁਣ ਮਾਨਸਾ ਜਾ ਕੇ ਵੀ ਟਿਕੋਗੇ ਕੁਝ ਦਿਨ? ਉੱਥੇ ਦਮਦਮੇ ਸਾਹਿਬ ਮੇਲਾ ਮਨਾਵਾਂ ਜੀ ਵਿਸਾਖੀ ਦਾ। ਨਿਹੰਗ ਸਿੰਘਾਂ ਦੀ ਪਰੰਪਰਾ ਮੁਤਾਬਿਕ ਉਹਨਾਂ ਦਾ ਵਹੀਰ ਸਾਰਾ ਵਰ੍ਹਾ ਚੱਲਦਾ ਰਹਿੰਦਾ ਹੈ। ਉਹ ਵੱਖ ਵੱਖ ਗੁਰਧਾਮਾਂ 'ਤੇ ਜਾ ਕੇ ਗੁਰਪੁਰਬਾਂ ਅਤੇ ਤਿਉਹਾਰਾਂ ਨੂੰ ਮਨਾਉਂਦੇ ਹਨ। ਹੋਲਾ ਮੁਹੱਲਾ ਅਨੰਦਪੁਰ ਸਾਹਿਬ ਵਿਖੇ, ਵਿਸਾਖੀ ਦਮਦਮਾ ਸਾਹਿਬ ਵਿੱਚ ਅਤੇ ਦੀਵਾਲੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਮਨਾਈ ਜਾਂਦੀ ਹੈ। ਦੁਸਹਿਰੇ ਦਾ ਤਿਉਹਾਰ ਚਮਕੌਰ ਸਾਹਿਬ ਅਤੇ ਹਜ਼ੂਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਚਲਦੇ ਵਹੀਰ ਵਿੱਚ ਆਮ ਕਰਕੇ ਭੁਚੰਗੀ ਸਿੰਘ ਹੁੰਦੇ ਹਨ ਜਿਹੜੇ ਪਰਿਵਾਰਕ ਝਮੇਲਿਆਂ ਵਿੱਚ ਨਹੀਂ ਪੈਂਦੇ, ਪਰ ਛਾਉਣੀਆਂ ਦੀ ਸੇਵਾ ਕਰਨ ਵਾਲੇ ਨਿਹੰਗ ਸਿੰਘ ਆਮ ਕਰਕੇ ਗ੍ਰਸਤੀ ਸਿੰਘ ਹੁੰਦੇ ਹਨ ਅਤੇ ਇਹਨਾਂ ਸਿੰਘਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੁੰਦਾ ਹੈ। ਜਥੇਦਾਰ ਜੀ, ਨਿਹੰਗ ਸਿੰਘਾਂ ਦੇ ਗ੍ਰਸਤੀ ਜੀਵਨ
ਵੱਡੀ ਮਰਿਆਦਾ ਇਹਨਾਂ ਦੇ ਵਰਤ ਵਿਹਾਰ ਬਾਰੇ ਦੱਸੋ ਕੁਝ। ਗ੍ਰਿਸਤੀ ਜੀਵਨ ਜਿਹੜਾ ਨਿਹੰਗ ਸਿੰਘ ਦਾ ਇਹ ਬੜਾ ਸਾਦਾ ਜੀਵਨ ਹੈ। ਕੋਈ ਇਹਨੂੰ ਐਡੀ ਖਾਸ ਪਾਬੰਦੀ ਜਾਂ ਚੌਖੀ ਬੰਦਸ ਅੰਦਰ ਸਤਿਗੁਰੂ ਨੇ ਨਹੀਂ ਲਿਆਂਦਾ। ਇਹਦਾ ਤਾਂ ਸਿਰਫ ਇੱਕੋ ਹੀ ਵੱਡਾ ਨਿਸ਼ਾਨਾ ਵੀ ਇਹ ਜਿਹੜਾ ਆਪਦਾ ਮਨ ਹੈ ਆਪਦੀ ਸੁਰਤੀ ਇਹਦੀ ਉਹ ਪਰਮੇਸ਼ੁਰ ਦੇ ਚਰਨਾਂ ਨਾਲ ਇਹਦੀ ਰਹਿਣੀ ਚਾਹੀਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਵੀ ਹੱਥ ਪੈਰ ਕਾਮ ਸੇ ਚੀਤ ਨਿਰੰਜਨ ਸਾਥ, ਅਤੇ ਇਹਦਾ ਫੁਰਨਾ ਜਿਹੜਾ ਅੰਦਰ ਦਾ ਅੰਮ੍ਰਿਤਧਾਰੀ ਸਿੰਘ ਦਾ ਉਹ ਇਹਨਾਂ ਬਾਜਾਂ ਵਾਲੇ ਦੇ ਚਰਨਾਂ ਵੱਲੇ ਉਹਦਾ ਧਿਆਨ ਹੋਣਾ ਚਾਹੀਦਾ, ਜਿਵੇਂ ਗਾਂ ਦਾ ਬੱਚੇ ਵੱਲੇ, ਮਾਂ ਦਾ ਬੱਚੇ ਵੱਲੇ। ਅਤੇ ਕੰਮ ਇਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦਾ ਕਰੇ, ਖੁੱਲ੍ਹੇ ਦਿਲ ਨਾਲ ਧਰਮ ਦੀ ਕਿਰਤ ਕਰੇ। ਅਤੇ ਵਹੀਰ ਵਿੱਚ ਜਿਹੜੇ ਨਿਹੰਗ ਸਿੰਘ ਰਹਿੰਦੇ ਨੇ ਉਹਨਾਂ ਦਾ ਜੀਵਨ ਕੁਝ ਅਲੱਗ ਕਿਸਮ ਦਾ ਹੁੰਦਾ? ਉਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਹੁੰਦਾ, ਕਿਉਂ ਉਹ ਇੱਕ ਕਿਸਮ ਦਾ ਮੁੱਢ ਹੁੰਦਾ ਦਰਖਤ ਦਾ। ਅਸੀਂ ਸ਼ਾਖਾਂ ਪੱਤੇ ਹਾਂ, ਉਹਨਾਂ ਦਾ ਮੁੱਢ ਹੁੰਦਾ, ਉਹਨਾਂ ਤੋਂ ਅਸੀਂ ਮਰਿਆਦਾ ਸਿੱਖਣੀ ਹੁੰਦੀ ਹੈ। ਅਸੀਂ ਉੱਥੋਂ ਦੇ ਅੰਮ੍ਰਿਤਧਾਰੀ ਹੁੰਦੇ ਹਾਂ, ਜੋ ਉਹ ਕਰਦੇ ਨੇ ਉਹਨਾਂ ਨੂੰ ਅਸੀਂ ਵੇਖ ਕੇ ਅਤੇ ਉਹੀ ਅਸੀਂ ਕਰਦੇ ਹਾਂ। ਅਤੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਤਵੱਜੋ ਦੇ ਰਹੇ ਹੋ ਕਿ ਨਹੀਂ? ਬਹੁਤ ਵੱਡੀ ਜ਼ਿਆਦੀ। ਮੇਰੇ ਆਪਦੇ ਬੱਚੇ ਤਾਂ ਵੈਸੇ ਨਹੀਂ ਪੜ੍ਹ ਸਕੇ, ਅਤੇ ਹੁਣ ਗਾਂਹ ਜਿਹੜੇ ਮੇਰੇ ਪੋਤੀਆਂ ਪੋਤੇ ਨੇ ਇਹਨਾਂ ਨੂੰ ਸਾਡੇ ਸਾਰੇ ਟੱਬਰ ਦੀ ਸਾਰੇ ਪਰਿਵਾਰ ਦੀ ਹਰ ਇੱਕ ਮੈਂਬਰ ਦੀ ਇਹ ਜੱਦੋ ਜਹਿਦ ਬੜੀ ਵੱਡੀ ਕੋਸ਼ਿਸ਼ ਹੈ ਵੀ ਅਸੀਂ ਬੱਚਾ ਕੋਈ ਅਨਪੜ੍ਹ ਨਹੀਂ ਰਹਿਣ ਦੇਣਾ। ਚੰਗੀ ਸਿੰਘ ਸੱਜਣ ਲਾਲਾ ਨਿਸ਼ਾਨ ਭੱਜਣ ਕਠਾਨ ਜੈਸੇ ਗੱਜਣ ਮਹਾਨ ਬਲਵਾਨ ਕੇ ਅੜਾਕੇ ਰੋਡੇ ਭੱਜਣ ਤੜਾਕ ਤੀਰ ਤੱਗਣ ਕੜਾਕ ਕੜਾਕ ਬਾਣ ਵੱਜਣ ਗੋਬਿੰਦ ਸਿੰਘ ਜਵਾਨ ਕੇ ਕੜਾ ਕੜਾ। ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਦੀ ਕਲਾ ਵਿੱਚ ਪੂਰੇ ਤੇ ਲੋਹੇ ਦੇ ਚੱਕਰਾਂ ਨੂੰ ਚਲਾਉਣ ਵਿੱਚ ਨਿਪੁੰਨ ਨਿਹੰਗ ਯੋਧੇ ਗੁਰੂ ਦੀਆਂ ਸਭ ਨਿਸ਼ਾਨੀਆਂ ਨੂੰ ਨਾਲ ਲੈ ਕੇ ਚੱਲਦੇ ਹਨ। ਪਰ ਸਭ ਦੇ ਮਨ ਵਿੱਚ ਇੱਕ ਵਾਹਿਗੁਰੂ ਦਾ ਵਾਸ ਹੁੰਦਾ ਹੈ। ਨਿਹੰਗ ਸਿੰਘਾਂ ਦੀ ਅੱਧੀ ਪੁਸ਼ਾਕ ਕੱਪੜੇ ਦੀ ਤੇ ਬਾਕੀ ਅੱਧੀ ਲੋਹੇ ਦੀ ਹੁੰਦੀ ਹੈ। ਇਹ ਲੋਹਾ ਉਹਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਤੇ ਕੱਪੜੇ ਉਹਨਾਂ ਦੀ ਭਗਤੀ ਦਾ। ਤੀਰ ਚੱਕਰ ਤੇ ਤਲਵਾਰ ਦੁਸ਼ਮਣ ਨਾਲ ਲੜਨ ਦੇ ਹਥਿਆਰ ਹਨ, ਪਰ ਹੱਥ ਦਾ ਕੜਾ ਸਿੰਘ ਦੇ ਮਨਮਤ ਉੱਤੇ ਬੰਧਨ ਹੈ। ਲੰਮੇ ਨੀਲੇ ਚੋਲੇ ਵਾਲੇ ਹਰ ਸੰਤ ਸਿਪਾਹੀ ਦੇ ਤੇੜ ਕਛਹਿਰਾ ਉਸਦੇ ਕਾਮ ਉੱਤੇ ਸੰਜਮ ਹੈ। ਤੇ ਤੁਸੀਂ ਇਹ ਜਿਹੜਾ ਨੀਲਾ ਬਾਣਾ ਪਾਉਂਦੇ ਹੋ, ਹਾਂ, ਇਹਦੀ ਮਹਿਮਾ ਕੀ ਹੈ? ਨੀਲੇ ਬਾਣੇ ਦੀ ਇਹ ਵੀ ਨੀਲੇ ਬਾਣੇ ਹੈ ਕਿ ਸਾਂਝਾ ਬਾਣਾ, ਸਰਬੱਤ ਦੇ ਭਲੇ ਵਾਲਾ ਬਾਣਾ। ਵੈਸੇ ਜਿਵੇਂ ਨੀਲਾ ਆਕਾਸ਼ ਹੈ, ਆਕਾਸ਼ ਸਭ ਨੀਲਾ, ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕਿਸੇ 'ਤੇ ਘੱਟ ਨਹੀਂ, ਕਿਸੇ 'ਤੇ ਥੋੜ੍ਹਾ ਨਹੀਂ। ਅਸੀਂ ਹੁਣ ਨਿਸ਼ਾਨ ਵੀ ਗੁਰਦਾ ਵੇਖੋ, ਨਿਸ਼ਾਨ ਸਾਹਿਬ ਝੁੱਲੇ ਹੁੰਦੇ ਆ ਨੀਲੇ ਰੰਗ ਦੇ ਹੋਣਗੇ ਕਿ ਇਹ ਬੜਾ ਸਾਂਝਾ ਇਹ ਗੁਰਦੁਆਰਾ, ਇੱਥੇ ਹਰ ਧਰਮ ਦਾ ਬੰਦਾ ਆ ਸਕਦਾ। ਦਸਵੇਂ ਪਾਤਸ਼ਾਹ ਗੁਰਬਾਣੀ ਵੀ ਜਾਣ ਕੀਤਾ, ਚਾਰ ਵਰਨ ਕੋ ਇੱਕ ਕਰਾਂ ਹੂੰ, ਵਾਹਿਗੁਰੂ ਸਿੰਘ ਕੋ ਨਾਮ ਜਪਾਂ ਹੂੰ। ਮਾਰ ਕਹਿੰਦੇ ਚਾਰੇ ਵਰਨ ਇੱਕ ਹੋ ਜਾਣਗੇ, ਵਾਹਿਗੁਰੂ ਦਾ ਜਾਪ ਸਾਰਾ ਸੰਸਾਰ ਕਰੇਗਾ। ਵਾਹਿਗੁਰੂ ਸਿੰਘ ਕੋ ਨਾਮ ਜਪਾਂ ਹੂੰ, ਚੜ੍ਹੇ ਸਿੰਘ ਤਸਮੂਤ ਕਰਾਂ ਹੂੰ, ਝੂਲਣ ਨੇ ਜਸਦੀ ਸਾਜੇ ਦੁਆਰ ਦੁਆਰ ਪਰ ਨੌਬਤ ਵਾਜੇ, ਦੁਆਰੇ ਦੁਆਰੇ ਤੇ ਨੌਬਤ ਵਾਹਿਗੁਰੂ ਦੀ ਵੱਜੂ, ਜਦੋਂ ਵਾਹਿਗੁਰੂ ਦੇ ਸ਼ਬਦ ਦਾ ਸਭ ਨੂੰ ਪਤਾ ਲੱਗ ਜਾਵੇਗਾ। ਕਹਿੰਦਾ ਭਾਵ ਨੀਲਾ ਰੰਗ ਜਿਹੜਾ ਇਸ ਨੂੰ ਬੜਾ ਵਡਿਆ ਦਸਵੇਂ ਪਾਤਸ਼ਾਹ ਨੇ। ਮਾਰੇ ਕਿਹਾ ਕਰੂੰ ਖਾਲਸਾ ਤੀਸਰ ਪ੍ਰਵੇਸ਼ਾ, ਤੀਸਰਾ ਪੰਥ ਸਾਜਦਾਂਗਾ, ਕਰੂੰ ਖਾਲਸਾ ਤੀਸਰ ਪ੍ਰਵੇਸ਼ਾ, ਜਗੇ ਸਿੰਘ ਸਿੰਘ ਯੋਧੇ ਧਰੇ ਨੀਲ ਭੇਸਾ। ਸਿੰਘ ਸੂਰਮੇ ਹੋਣਗੇ, ਉਹਨਾਂ ਦਾ ਭੇਸ ਬਾਣਾ ਜਿਹੜਾ ਉਹਨਾਂ ਦਾ ਨੀਲਾ ਹੋਵੇਗਾ। ਇਹ ਬਾਣਾ ਜਿਹੜਾ ਨਾ, ਇਹ ਬਾਣਾ ਸੁਲਾ ਕੁੰਨ ਹੈ, ਪਰਮੇਸ਼ੁਰ ਸੁਲਾ ਕੁੰਨ ਹੈ, ਸਭ ਉਸਦਾ ਰਚਨਾ ਰਚੀ ਹੋਈ ਹੈ। ਉਹ ਭਾਵੇਂ ਕਿਸੇ ਵੀ ਵਿੱਚ ਵੀ ਹੈ, ਉਹ ਸਾਰਿਆਂ ਦੇ ਉੱਤੇ ਇੱਕੋ ਨਿਗਾਹ ਰੱਖਦਾ ਹੈ। ਇਸ ਕਰਕੇ ਇਹ ਬਾਣਾ ਜਿਹੜਾ ਹੈ ਇਹ ਅਕਾਲ ਪੁਰਖ ਦਾ ਹੈ। ਸਿੱਖ ਪੰਥ ਦੇ ਵਿੱਚ ਚਾਰ ਰੰਗ ਪ੍ਰਵਾਨ ਹਨ, ਨੀਲਾ, ਪੀਲਾ, ਕਾਲਾ, ਚਿੱਟਾ। ਨਿਹੰਗ ਸਿੰਘ ਦੇ ਚਾਰ ਰੰਗ ਸਿੱਖ ਧਰਮ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਨਾਲ ਜੋੜਦੇ ਹਨ, ਚਾਰ ਵੇਦਾਂ ਅਤੇ ਚਾਰ ਵਰਣਾਂ ਦੀ ਪਰੰਪਰਾ। ਪਰ ਇਹ ਚਾਰ ਰੰਗ ਇਹ ਵੀ ਦੱਸਦੇ ਨੇ ਕਿ ਗੁਰੂ ਘਰ ਵਿੱਚ ਚਾਰੇ ਵਰਣ ਸਮਾਨ ਹਨ। ਸਾਰੇ ਨਿਹੰਗ ਸਿੰਘਾਂ ਦੇ ਸਿਰਾਂ 'ਤੇ ਉੱਚਾ ਦੁਮਾਲਾ ਸਜਿਆ ਹੁੰਦਾ ਹੈ ਅਤੇ ਸਾਰੇ ਇੱਕ ਹੀ ਸੰਗਤ ਦੇ ਬਰਾਬਰ ਸੰਗੀ ਹੁੰਦੇ ਹਨ। ਇਸੇ ਲਈ ਤਾਂ ਉਹ ਮਿਲ ਕੇ ਵਾਹਿਗੁਰੂ ਦਾ ਨਾਮ ਜਪਦੇ ਹਨ। ਉੱਚੇ ਸਿਰ 'ਤੇ ਉੱਚਾ ਦੁਮਾਲਾ ਨਿਹੰਗ ਸਿੰਘ ਦੇ ਸਵੈ ਮਾਣ ਦਾ ਪ੍ਰਤੀਕ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋਂ ਦੇ ਵਿਸ਼ਵਾਸ ਦਾ ਪ੍ਰਤੀਕ। ਉਹ ਆਪਣੇ ਦੁਮਾਲੇ ਨੂੰ ਬੜੀ ਰੀਝ, ਚਾਅ ਅਤੇ ਸ਼ਰਧਾ ਨਾਲ ਧਾਰਨ ਕਰਦੇ ਹਨ।
ਬੰਨੀ ਹੋਈ ਇਸ ਉੱਚੀ ਦਸਤਾਰ ਨੂੰ ਬੁੰਗਾ ਵੀ ਕਿਹਾ ਜਾਂਦਾ ਹੈ। ਉੱਚਾ ਬੁੰਗਾ ਜੋ ਸਜੈ ਨਾਮ ਨਿਹੰਗ ਸਜਾਨ, ਸਜਾਨ ਕਿਤੇ ਸੁੰਦਰ, ਕਿ ਜਿਹੜਾ ਉੱਚਾ ਬੁੰਗਾ ਸਜਾਉਂਦਾ ਹੈ ਉਹਦਾ ਨਾਮ ਹੈ ਨਿਹੰਗ। ਉੱਚਾ ਬੁੰਗਾ ਜੋ ਸਜੇ ਨਾਮ ਨਿਹੰਗ ਸਜਾਨ, ਕਰਮਾ ਅਕਾਲੀ ਸਮ ਕਰੇ ਸੁਣੋ ਸਿੱਖ ਤਰਕਾਨ, ਕਿ ਉਹਦੇ ਕਰਮ ਅਕਾਲੀ ਨੇ ਜਿਹੜਾ ਉੱਚਾ ਬੁੰਗਾ ਚੰਦ ਅਕਾਲੀ ਉਹ ਹੈ ਸੀ। ਕਿਰਪਾਨ ਸੀਸ ਪੈ ਧਾਰ ਕੇ, ਜਿਵੇਂ ਸ਼ਸਤਰਾਂ ਦੀ ਕਿਰਪਾਨਾਂ ਲਾਈਆਂ, ਕਿਰਪਾਨ ਸੀਸ ਪੈ ਧਾਰ ਕੇ ਉੱਚਾ ਬੁੰਗਾ ਧਾਰ, ਧਰੀ ਸੋ ਕਲਗੀ ਪੰਥ ਸਿਰ ਸਤਿਗੁਰੂ ਹੋਏ ਦਿਆਲ। ਸੱਜੇ ਜੋ ਦਮਾਲਾਂ ਛੂਟੇ ਖੂਹ ਫਰਲਾ, ਅਜਬ ਸੋਏ ਚੱਕਰ ਖੰਡੇ ਤੋੜੇ ਵਾਲਾ, ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚੱਲੇ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਹਲਾਇਆ, ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਦੀਨ ਮੁਜਬ ਕਾ ਜੁੱਧ ਜੋ ਕਿੰਨੀ ਖੰਡਾ ਫੜਿਆ ਦੋ ਤਾਰਾ ਹੈ, 6 ਮਈ ਮਾਰ ਸਾਹਿਬ ਦੂਰ ਕਿੰਨੀ ਸਲੋਤਰ ਫੜਿਆ ਕਰਾਰਾ ਹੈ, ਗਗਨ ਮੰਡਲ ਮੇ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ, ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹਲਾਰਾ ਹੈ, ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਅੱਗੇ ਸੀਸ ਹਮਾਰਾ। ਲੱਟ ਪੱਟ ਫੁੱਲੇ ਸਾਜਰੇ ਗੁਰਸ਼ਬਦਨ ਕੀ ਪਈ ਚਨਕਾਰ, ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨ ਸਭ ਕੁੱਲ ਕੀ ਆਧਾਰ, ਮਤਲਬ ਕਿ ਜਿਹੜਾ ਇਸ ਬਾਣੇ ਵਿੱਚ ਪ੍ਰਗਟ ਹੋਵੇਗਾ ਉਹਦੇ ਅੰਦਰ ਸ਼ਬਦੀ ਚਨਕਾਰ ਹੋਵੇਗੀ, ਸਾਰੀਆਂ ਕੁਲਾਂ ਦਾ ਆਧਾਰ ਕਰਦੇ, ਐਸੇ ਸਿੱਖ ਦੇ ਕੋਈ ਦਰਸ਼ਨ ਕਰੇਗਾ ਤਾਂ ਉਹਦੀ ਵੀ ਕਲਿਆਣ ਹੋ ਜਾਏਗੀ। ਇਹ ਸਤਿਗੁਰ ਦਾ ਸਰੂਪ ਹੈ, ਇਹ ਮਹਾਂਕਾਲ ਦਾ ਸਰੂਪ ਹੈ, ਅਕਾਲੀ ਹੈ ਨਾ ਜਿਹੜਾ ਪੰਥ, ਇਹ ਅਕਾਲ ਪੁਰਖ ਦਾ ਹੈ, ਅਕਾਲ ਪੁਰਖ ਦਾ ਉਪਾਸ਼ਕ ਹੈ, ਅਕਾਲ ਪੁਰਖ ਦਾ ਪੁਜਾਰੀ ਹੈ। ਸਿੱਖ ਧਰਮ ਵਿੱਚ ਸ਼ਸਤਰਾਂ ਦਾ ਖਾਸ ਮਹੱਤਵ ਹੈ, ਇਹ ਯੁੱਧ ਨੂੰ ਜਿੱਤਣ ਦੀ ਲੋੜ ਹਨ ਅਤੇ ਪਰਮਾਤਮਾ ਦੀ ਸ਼ਕਤੀ ਦਾ ਪ੍ਰਤੀਕ, ਇਸੇ ਲਈ ਸ਼ਸਤਰ ਧਾਰਨ ਕਰਕੇ ਸਿੰਘ ਸੰਤ ਵੀ ਹੁੰਦਾ ਹੈ ਤੇ ਸਿਪਾਹੀ ਵੀ, ਇੱਕ ਸੰਪੂਰਨ ਸੰਤ ਸਿਪਾਹੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਸ ਖਾਲਸਾ ਸਾਜਿਆ ਨਾ, ਇਹਨੂੰ ਸ਼ਸਤਰਹੀਣ ਨਹੀਂ ਕੀਤਾ, ਸ਼ਸਤਰਹੀਣ ਜੋ ਖਾਲਸਾ ਤੁਸੀਂ ਜਾਣੋ ਭੇਡ, ਉਹਨੂੰ ਭੇਡ ਬਰਬਰ ਦੱਸਿਆ, ਇਸ ਕਰਕੇ ਖਾਲਸਾ ਸ਼ਸਤਰਧਾਰੀ ਰਹਿੰਦਾ ਔਰ 24 ਘੰਟੇ ਸਨਦਬਦ ਦੇਸ਼ ਦੀ ਕੌਮ ਦੀ ਇਹ ਧਰਮ ਦੀ ਸੇਵਾ ਵਾਸਤੇ, ਕਿਉਂਕਿ ਸਾਨੂੰ ਸਾਜੇ ਹੀ ਇਸੇ ਵਾਸਤੇ ਗਿਆ ਕਿ ਤੁਸੀਂ ਇਹ ਪਹਿਰਾ ਦੇਣਾ, ਅਸੀਂ ਸਿਪਾਹੀ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ। ਸਤਿਗੁਰੂ ਜੀ ਨੇ ਜਦ ਵੀ ਜੰਗ ਧਰਮ ਦਾ ਲੜਿਆ ਉਦੋਂ ਸਿੰਘਾਂ ਨੂੰ ਇਹੋ ਹਦਾਇਤ ਕੀਤੀ, ਇੱਥੇ ਆਨੰਦਗੜ੍ਹ ਸਾਹਿਬ 'ਚ ਬਹਿ ਕੇ ਇਹੋ ਹਦਾਇਤ ਕੀਤੀ ਵੀ ਜਿਹੜਾ ਵੀ ਸਿੰਘ ਸਾਡੇ ਦਰਸ਼ਨਾਂ ਵਾਸਤੇ ਆਵੇ ਉਹ ਹੁਣ ਸ਼ਸਤਰ ਲੈ ਕੇ ਆਵੇ, ਮਾਇਆ ਅਦਕ ਨਾ ਲਿਆਵੇ, ਸ਼ਸਤਰ ਪੇਸ਼ ਕਰੇ ਸਾਡੇ। ਦਸਵੇਂ ਪਾਤਸ਼ਾਹ ਮਾਰੇ ਕਿਹਾ, ਜਿੱਤੇ ਸ਼ਸਤਰ ਨਾਮੰਗ ਨਿਮਸਕਾਰ ਤਾਂ, ਜਿੱਤੇ ਅਸਤਰ ਪਿਆੰਗ ਨਿਮਸਕਾਰ ਤਿਆੰਗ, ਤੀਰੋ ਤਫੰਗੋ ਵੱਡੋ ਰਾਮ ਜੰਗੋ, ਰਮਾ ਜਾਂ ਰਾਮ ਜੰਗ ਦਾ ਬੰਦੂਕ ਦਾ ਨਾਂ ਹੈ, ਵੈਸੇ ਉਹ ਅੱਜ ਤੱਕ ਗੱਲ ਮੈਂ ਜਬਤ ਹੋ ਚੁੱਕੀ ਆ, ਮਤਲਬ ਉੱਦਾਂ ਰਵਾਇਤੀ ਸ਼ਸਤਰਾਂ ਵਿੱਚ ਵੈਸੇ ਬੰਦੂਕ ਵੀ ਆਉਂਦੀ ਹੈ। ਵੱਡੋ ਰਾਮ ਜੰਗੋ ਤੁਣਖ ਤਾਰ ਅਣਿਅਰ ਕਮੰਦ ਕੋਲੜਾ, ਪੰਜ ਸ਼ਸਤਰ ਪ੍ਰਵਾਨ, ਸੁਣੋ ਆਨੰਦ ਲਾਲ ਜਾਂ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ। ਮਰ ਗਿਆ ਜਾਂ ਸ਼ਸਤਰਧਾਰੀ ਉਹਦਾ ਪ੍ਰਗਟ ਰਾਜ ਹੈ, ਕਿਉਂਕਿ ਸ਼ਸਤਰ ਇੱਕ ਸਰਬੱਤ ਦੇ ਭਲੇ ਵਾਸਤੇ ਹੈ, ਜਿਹੜਾ ਸ਼ਸਤਰ ਬਣਾਉਂਦਾ ਹੈ
ਸਰਬੱਤ ਦਾ ਭਲਾ ਵੀ ਸੋਚਦਾ। ਉਹ ਸ਼ਸਤਰਗਾਹ 'ਚ ਪਾਇਆ ਉਹਨੇ, ਉਹਦਾ ਜਿਹੜਾ ਦੁਸ਼ਮਣ ਉਹਦੇ ਕੋਲ ਡਰੇਗਾ, ਲੜਾਈ ਨਾ ਹੋਵੇਗੀ, ਮਤਲਬ ਉਹਦਾ ਫਿਰ ਦੁਸ਼ਮਣ ਦਾ ਭਲਾ ਹੋ ਜਾਵੇ, ਆਪਦਾ ਭਲਾ ਹੋ ਜਾਵੇਗਾ। ਸ਼ਸਤਰ ਰੱਖਣ ਨੂੰ ਮਤਲਬ ਨਿਹੰਗ ਸਿੰਘ ਕਾਫੀ ਮਰਜ਼ਾਦਾ ਨਾਲ ਰੱਖਦੇ, ਜ਼ਰੂਰੀ ਵੱਡੇ ਤੋਂ ਵੱਡਾ ਸ਼ਸਤਰ ਵੀ ਜੇ ਮਨਜ਼ੂਰ ਹੋ ਜਾਵੇ ਰੱਖ ਲੈਂਦੇ ਆ, ਪਰ ਉਹ ਭਲੇ ਵਾਸਤੇ ਰੱਖਦੇ ਆ ਕਿ ਨਾ ਸਾਡੇ ਨਾਲ ਕੋਈ ਲੜੇ, ਨਾ ਸਾਨੂੰ ਲੜਨਾ ਪਏ। ਬਾਕੀ ਜੇ ਜੂਝਣਾ ਪਏ ਧਰਮ 'ਤੇ, ਫਿਰ ਜੂਝਣ ਨੂੰ ਧਰਮ 'ਤੇ ਸ਼ਹੀਦ ਹੋਣ ਨੂੰ ਵੀ ਤਿਆਰ ਹੈ। ਤੁਹਾਡੇ ਮੁੱਖ ਮੁੱਖ ਸ਼ਸਤਰ ਕਿਹੜੇ ਹੁੰਦੇ ਹਨ? ਮੁੱਖ ਸ੍ਰੀ ਸਾਹਿਬ ਹੈ, ਨਿਸ਼ਾਨ ਸਾਹਿਬ ਜਿਹਨੂੰ ਆਮ ਲੋਕ ਵਰਸ਼ਾ ਕਹਿੰਦੇ ਹਨ, ਇਹ ਨੰਗਾ ਸਿੰਘਾਂ ਦਾ ਇਹ ਨਿਸ਼ਾਨ ਸਾਹਿਬ ਕਹਿੰਦੇ ਮੁੱਖ ਸ਼ਸਤਰ ਹਨ। ਹੋਰ ਤੀਰ ਕਮਾਨ ਵੀ ਰੱਖਦੇ ਹਨ, ਛੋਟੇ ਸ੍ਰੀ ਸਾਹਿਬਾਂ ਵੀ ਰੱਖਦੇ ਹਨ, ਕਟਾਰਾਂ ਵੀ ਰੱਖਦੇ ਹਨ, ਖੰਜਰ ਵੀ ਰੱਖਦੇ ਹਨ, ਕਮਰ ਤੋੜ ਵੀ ਰੱਖਦੇ ਹਨ, ਜਿੱਥੇ ਵੀ ਲੋਹੇ ਦੇ ਸਾਰੇ ਸ਼ਸਤਰ ਹਨ ਆਪਣੀ ਸਮਰੱਥਾ ਅਨੁਸਾਰ, ਜਿੱਦਾਂ ਕਿਸੇ ਦਾ ਬਿੱਤ ਪੈਂਦਾ ਹੈ, ਜਿੱਦਾਂ 'ਚ ਕੋਈ ਰੱਖ ਸਕਦਾ ਹੈ ਉੱਦਾਂ ਉੱਦਾਂ ਰੱਖਦੇ ਹਨ। ਪੁਰਾਤਨ ਸਿੰਘ ਤਾਂ ਸਵਾ ਸਵਾ ਮਨ ਦਾ ਸ਼ਸਤਰਾਂ ਦਾ ਕਮਰ ਕਸਾ ਰੱਖਦੇ ਹੁੰਦੇ ਸਨ। ਅੱਜ ਕੱਲ੍ਹ ਨਵੇਂ ਸ਼ਸਤਰ ਆ ਗਈਆਂ ਬੰਦੂਕਾਂ, ਆਹੋ ਜੀ, ਫਿਰ ਉੱਧਰ ਉਹ ਚੰਗੀਆਂ ਲੱਗਦੀਆਂ, ਹੌਲੀ ਚੀਜ਼ ਹੈ ਵੀ ਦੂਰ ਮਾਰ ਕਰਦੀ ਹੈ। ਹਾਂਜੀ, ਇਹ ਗੁਰੂ ਜੀ ਦੇ ਸ਼ਸਤਰ ਨੇ। ਅੱਛਾ, ਅਤੇ ਜੇ ਮਹਾਰਾਜ ਚਾਹੇ ਤਾਂ ਇਹੀ ਦੂਰ ਮਾਰ ਕਰ ਸਕਦੇ ਨੇ, ਉਹਨਾਂ ਨੂੰ ਜ਼ਿਆਦਾ ਮਾਰ ਕਰ ਸਕਦੇ ਹੈ। ਪਰ ਸ਼ਸਤਰ ਨਿਹੰਗ ਸਿੰਘ ਦੀ ਅਜਿਹੀ ਸ਼ਕਤੀ ਹੈ ਜੋ ਵਾਰ ਕਰਨ ਲਈ ਨਹੀਂ ਰੱਖਿਆ ਲਈ ਹੈ, ਅਤੇ ਇਸੇ ਰੱਖਿਆ ਲਈ ਉਹ ਆਪਣੇ ਸ਼ਸਤਰਾਂ ਦਾ ਨਿਰੰਤਰ ਅਭਿਆਸ ਕਰਦਾ ਹੈ। ਆਪਣੇ ਆਪਣੇ ਦਲਾਂ ਵੱਲੋਂ ਬਾਕਾਇਦਾ ਲਾਇਸੈਂਸ ਦਿੱਤੇ ਜਾਂਦੇ ਹਨ। ਇਹ ਲਾਇਸੈਂਸ ਨਿਹੰਗ ਦਾ ਗੌਰਵ ਵੀ ਹੈ ਅਤੇ ਉਸਦਾ ਅਨੁਸ਼ਾਸਨ ਵੀ। ਨਿਹੰਗ ਸਿੰਘ ਅਤੇ ਘੋੜੇ ਦਾ ਸਾਥ ਅਟੁੱਟ ਹੈ, ਕਿਉਂਕਿ ਉਹ ਨਿਹੰਗ ਦੇ ਖੁੱਲ੍ਹੇ ਡੁੱਲੇ ਅਤੇ ਜੰਗਜੂ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਹ ਮੈਦਾਨੇ ਜੰਗ ਵਿੱਚ ਹੱਲਾ ਬੋਲਣ ਵਿੱਚ ਸਹਾਇਤਾ ਕਰਦਾ ਹੈ ਅਤੇ ਪੰਧ ਮੁਕਾਉਣ ਦਾ ਵਿਸ਼ਵਾਸਯੋਗ ਜ਼ਰੀਆ ਹੈ। ਰਾਤ ਬਰਾਤੇ ਉੱਬੜ ਖਾਬੜ ਥਾਵਾਂ 'ਤੇ ਘੋੜੇ ਦੀ ਪਿੱਠ 'ਤੇ ਵੀ ਸੌਂ ਸਕਦਾ ਹੈ ਗੁਰੂ ਦਾ ਸਿੰਘ। ਇਸੇ ਲਈ ਉਹਦਾ ਆਪਣੇ ਘੋੜੇ ਲਈ ਬੇਹੱਦ ਪਿਆਰ ਅਤੇ ਲਗਾਵ ਹੈ। ਇਸ ਲਗਾਵ ਵਿੱਚ ਘੋੜੇ ਦੀ ਸੇਵਾ ਅਤੇ ਸ਼ਿੰਗਾਰ ਵੀ ਸ਼ਾਮਲ ਹਨ। ਐਸੇ ਜੀਵ ਦੀ ਸੇਵਾ ਕਿਉਂ ਨਾ ਕਰੇ ਨਿਹੰਗ ਸਿੰਘ, ਜੋ ਉਸਦੀ ਜਾਨ ਵੀ ਹੈ ਅਤੇ ਜਹਾਨ ਵੀ। ਆਦਿ ਗ੍ਰੰਥ ਜੀ ਮਹਾਰਾਜ ਜਾਨ ਕੀਤਾ ਹੈ, ਘੋੜ ਬਿਨ ਕਾਸ਼ ਹੈ ਸਵਾਰ, ਸਾਧੂ ਬਿਨ ਨਾ ਹੀ ਦਰਬਾਰ। ਮਰ ਗਿਆ ਘੋੜੇ ਤੋਂ ਬਗੈਰ ਸਵਾਰੀ ਕਾਹਦੀ ਹੈ। ਇੱਕ ਤਾਂ ਮਰ ਗਿਆ ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਚੜ੍ਹੇ ਲੜੇ ਨਿੱਤ ਜੰਗ, ਖਾਲਸਾ ਉਹ ਜਿਹੜੇ ਘੋੜੇ 'ਤੇ ਚੜ੍ਹੇ ਅਤੇ ਜੰਗ ਲੜੇ। ਜੰਗ ਮਤਲਬ ਜਿਹੜਾ ਲੜਨਾ ਹੈ ਉਹ ਕਾਮ ਕ੍ਰੋਧ ਲੋਭ ਹੰਕਾਰ ਦੇ ਨਾਲ ਲੜੇ, ਕੰਮ ਹੀ ਨਹੀਂ ਹੋਣਾ ਚਾਹੀਦਾ, ਕ੍ਰੋਧੀ ਨਹੀਂ ਹੋਣਾ ਚਾਹੀਦਾ। ਘੋੜੇ ਬਿਨਾਂ ਸਵਾਰੀ ਨਹੀਂ, ਭਾਵੇਂ ਕਈ ਜਹਾਜ਼ਾਂ ਦੇ ਅਤੇ ਕਈ ਕਾਰਾਂ ਕੂਰਾਂ 'ਤੇ ਚੜ੍ਹਿਆ ਫਿਰਦੇ, ਉਹ ਕਾਹਦੀ ਸਵਾਰੀ? ਉੱਥੇ ਵਿਗੜ ਜੇ ਉੱਥੇ ਅਤੇ ਉੱਥੇ ਖੜਾ ਰਹੋ। ਹਾਂ, ਇਹਦਾ ਜਿੱਦਣ ਮਰਜ਼ੀ ਜੇ ਦਰਿਆ ਤਾਂ ਦਰਿਆ ਵੀ ਸਿੱਧਾ ਕਰ, ਸਿੱਧਾ ਚੀਰ ਕੇ ਲੈ ਜਾਓ। ਜੇ ਨਹਿਰ ਆ ਗਈ ਤਾਂ ਨਹਿਰ 'ਚ ਵੀ ਦੀ ਲੈ ਜਾਓ, ਜੇ ਟੋਆ ਟਿੱਬਾ ਕੁਝ ਅਤੇ ਇਹ ਛੱਡਦਾ ਨਹੀਂ ਲੈ ਜਾਓ। ਬੇਸ਼ੱਕ ਜਿੰਨੀਆਂ ਮਰਜ਼ੀ ਵੀ ਲਈਏ ਜੀ, ਆਪਾਂ ਜੀਪਾਂ, ਜਿਪਸੀਆਂ, ਹੈਲੀਕਾਪਟਰ, ਜੋ ਕੁਛ ਵੀ ਮਰਜ਼ੀ ਲਈਏ, ਪਰ ਘੋੜਾ ਇੱਕ ਐਸੀ ਚੀਜ਼ ਜਿਹੜੀ ਨਿਹੰਗਸੇ ਨਾਲ ਆਖਰੀ ਤੱਕ ਨਾਲ ਰਹੇਗੀ, ਨਿਹੰਗਸੇ ਸੰਸਥਾਵਾਂ ਨਾਲ। ਇਸ ਨੂੰ ਸਤਿਗੁਰਾਂ ਨੇ ਪੀਰ ਆਖਿਆ ਘੋੜੇ ਨੂੰ। ਘੋੜੇ ਨੇ ਮਹਾਰਾਜ ਨੇ ਨਮਸਕਾਰ ਕੀਤੀ ਹੈ ਦਸਵੇਂ ਪਾਤਸ਼ਾਹ ਨੇ, ਘੋੜੇ ਨੂੰ ਮੱਥਾ ਟੇਕਿਆ। ਹੁਣ ਹੀ ਮਤਲਬ ਸਿੰਘ ਘੋੜੇ 'ਤੇ ਚੜ੍ਹਦੇ, ਘੋੜੇ ਨੂੰ ਮੱਥਾ ਟੇਕ ਕੇ ਚੜ੍ਹਦੇ। ਮਤਲਬ ਮਹਿਮਾ ਬਹੁਤ ਸਾਰੀ ਦੱਸੀ ਸਮਾਂ ਲੱਗਦਾ, ਮਤਲਬ ਘੋੜੇ ਦੀ ਬਹੁਤ ਵੱਡੀ ਮਹਿਮਾ ਮਹਾਰਾਜ। ਬੋਲਿਆ ਚੁੱਕਿਆ ਚਾਰ ਕੂੜ ਦੀਆਂ ਖਬਰਾਂ, ਉਹ ਵੈਰੀ ਨੂੰ ਬੰਨ ਮਾਰ ਮਕਾ, ਪਹਿਲੇ ਸਣੇ ਸਾਹਿਬ ਕੀ ਆ ਦੂਜੇ ਰੰਗ ਚੜਾ, ਕਿਲਾ ਤੋੜ ਨਾ ਲਾਹੌਰ ਦਾ ਗੁਰਾ ਦਿੱਤਾ ਫਰਮਾ, ਸੁੱਖਾ ਲੜਾਕੀ ਰੋਡੇ ਖਸਕਾਜ ਰਗੜ ਕੇ ਸਾਹਿਬ ਕੀ ਆ ਦਰਬਾਰ, ਬਾਕੀ ਲੁਕਦਾ ਜੋ ਬਲੇ ਛਰ ਮਲੇਰ ਤੇ ਝਾੜ, ਆਇਆ ਮਲੇਛਾ ਲੁਕਦਾ ਤੇਰੇ ਬਾਲ ਬਲੇ ਨੂੰ ਸੁੱਖਾ ਕੋਟ ਕੇ ਪੀਣਾ ਅਤੇ ਪਿਆਉਣਾ ਨਿਹੰਗ ਸਿੰਘਾਂ ਦੇ ਵਰਤਾਰੇ ਦਾ ਅਟੁੱਟ ਹਿੱਸਾ ਹੈ। ਇਹ ਉਹਨਾਂ ਨੂੰ ਦੁਸ਼ਮਣ ਨਾਲ ਲੜ ਮਰਨ ਦੀ ਪ੍ਰੇਰਨਾ ਦਿੰਦਾ ਹੈ। ਇਸੇ ਲਈ ਉਹ ਉਸਨੂੰ ਸ਼ਹੀਦੀ ਦੇਗ ਵੀ ਕਹਿੰਦੇ ਹਨ ਅਤੇ ਸੁੱਖ ਨਿਧਾਨ ਦਾ ਦਰਜਾ ਵੀ ਦਿੰਦੇ ਹਨ। ਲੰਗਰ ਬਣਾ ਕੇ ਸਭ ਨੂੰ ਛਕਾਉਣਾ ਸਿੱਖ ਧਰਮ ਦੀ ਅਨੂਠੀ ਪਰੰਪਰਾ ਹੈ। ਲੰਗਰ ਨੂੰ ਦੇਗ ਵੀ ਕਿਹਾ ਜਾਂਦਾ ਹੈ। ਇਸੇ ਲਈ ਨਿਹੰਗ ਦੇਗ ਤੇਗ ਫਤਿਹ ਦਾ ਜੈਕਾਰਾ ਵੀ ਲਾਉਂਦੇ ਹਨ। ਲੰਗਰ ਦਾ ਸੰਬੰਧ ਦੇਗ ਨਾਲ ਹੈ ਅਤੇ ਤੇਗ ਦਾ ਸੰਬੰਧ ਯੁੱਧ ਨਾਲ।
ਇਹ ਗੁਰੂ ਮਹਾਰਾਜ ਦਾ ਹੁਕਮ ਹੈ ਦੇਗ ਤੇ ਜਗ ਮੈਂ ਦੋ ਚਲੈ। ਖਾਲਸੇ ਪੰਥ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ ਦੇਗ ਚਲਾਉਣੀ। ਜਦੋਂ ਵੀ ਸਿੰਘ ਜੰਗਲਾਂ ਵਿੱਚ ਕਾਹਨੂੰਵਾਲ ਦੇ ਸ਼ਾਮ ਵਿੱਚ ਵੀ ਰਹਿੰਦੇ ਸਨ, ਉੱਧਰ ਵੀ ਬੀਕਾਨੇਰ ਵਿੱਚ ਵੀ ਰਹਿੰਦੇ ਸਨ, ਲੰਗਰ ਜਿਹੜਾ ਹੈ ਹਮੇਸ਼ਾ ਨਗਾਰੇ 'ਤੇ ਚੋਟ ਲਾ ਕਰਕੇ ਵਰਤਾਇਆ ਜਾਂਦਾ, ਤਿਆਰ ਕਰਕੇ ਅਰਦਾਸ ਬੇਨਤੀ ਸਤਿਗੁਰੂ ਅੱਗੇ ਕਰਕੇ ਫਿਰ ਨਗਾਰੇ 'ਤੇ ਚੋਟ ਲਾ ਕਰਕੇ ਫਿਰ ਨਗਾਰਾ ਵਜਾਇਆ ਜਾਂਦਾ ਸਾਰੇ ਆਲ ਦਾ ਸੂਚਨਾ ਦੇਣ ਵਾਸਤੇ ਵੀ ਭਾਈ ਲੰਗਰ ਤਿਆਰ ਹੈ, ਜਿਹੜਾ ਮਰਜ਼ੀ ਆ ਕੇ ਲੰਗਰ ਛਕੋ। ਉਸ ਵੇਲੇ ਬੇਸ਼ੱਕ ਦੁਸ਼ਮਣ ਦਾ ਮੁਸਲ ਪਠਾਨ ਕੋਈ ਵੀ ਹੋਵੇ ਲੰਗਰ ਛਕਦੇ ਰਹੇ ਤਾਂ ਹੁਣ ਵੀ ਛਕ ਸਕਦੇ ਹਨ, ਕਿਸੇ ਨੂੰ ਕੋਈ ਇਸ ਗੱਲ ਦੀ ਮਨਾਹੀ ਨਹੀਂ, ਸਾਰਿਆਂ ਨੂੰ ਸਾਂਝਾ ਸੱਦਾ ਦਿੱਤਾ ਜਾਂਦਾ। ਨਿਹੰਗ ਸਿੰਘਾਂ ਦਾ ਆਪਣਾ ਦੰਡ ਵਿਧਾਨ ਹੈ, ਉਸੇ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਤੇ ਨਿਹੰਗ ਬਾਣਾ ਦਾਗੀ ਹੋਣ ਤੋਂ ਬਚਾਇਆ ਜਾਂਦਾ ਹੈ। ਤੁਹਾਨੂੰ ਲੀੜਾ ਨਹੀਂ ਮਿਲਦਾ, ਤੁਹਾਨੂੰ ਰੋਜੀ ਨਹੀਂ ਮਿਲਦੀ, ਜਲ ਪਾਣੀ ਨਹੀਂ ਮਿਲਦਾ ਕੋਈ, ਕਿਹੜੀ ਗੱਲੋਂ ਤੰਗ ਹੋਏ ਸਾਰੇ? ਇੱਥੇ ਸਾਡੀ ਜਿਹੜੀ ਗੁਰਸਿੱਖਾਂ ਦੀ ਰੀਤ ਆ ਉਹ ਫੜੋ ਅਤੇ ਡਾਕੇ ਮਾਰਨੇ ਸਾਨੂੰ ਬਦਨਾਮ ਕਰਾਉਣਾ ਪੰਥ ਨੂੰ, ਉਹ ਤਾਂ ਤੁਹਾਡੀਆਂ ਸੇਵਾ ਕਰਨ, ਤੁਹਾਡੇ ਪੜਾ ਲਾਉਣ ਅਤੇ ਕੰਜਰੋ ਤੁਸੀਂ ਗੋਲਕਾਂ ਭੰਨੋ, ਹੈ ਚੜ੍ਹਨ ਤੁਹਾਨੂੰ ਘੋੜੇ ਮਿਲੇ ਨੇ, ਰਾਸ਼ਨ ਪਾਣੀ ਦਾ ਫਿਕਰ ਕੋਈ ਨਹੀਂ, ਲਿਆਉਣ ਦੇਣ ਦਾ ਫਿਕਰ ਕੋਈ ਨਹੀਂ, ਕਰਮ ਕੀ ਕਰਦੇ ਹੋ? ਬਾਬਾ ਜੀ ਮੇਰਾ ਇਹ ਮੁੜ ਕੇ ਲਾਂਭ ਆਇਆ ਨਾ ਮੇਰੇ ਕੋਲ, ਇਹ ਤਾਂ ਗਾਹਾਂ ਵੇਖਾਂਗੇ ਨਾ ਸਮਝ ਐਸਾ ਹੋਊਗਾ। ਤੇ ਤੁਸੀਂ ਫਿਰ ਇਹਨਾਂ ਨੂੰ ਕੀ ਹੁਣ ਦੰਡ ਦਿਓਗੇ, ਕਿਵੇਂ ਇਹਨਾਂ ਦਾ ਸੁਧਾਰ ਕਰੋਗੇ? ਜੋ ਵਿਚਾਰ ਹੋਵੇਗੀ ਬਾਬਾ ਜੀ ਦੇ ਨਾਲ ਵਿਚਾਰ ਕੇ ਫਿਰ ਇਹਨਾਂ ਨੂੰ ਦੰਡ ਦਿੱਤਾ ਜਾਊ, ਯੋਗ ਦੰਡ ਦਿੱਤਾ ਜਾਊ। ਖਾਲਸੇ ਦਾ ਦੰਡ ਇੰਨਾ ਕੀ ਹੁੰਦਾ, ਜਾਂ ਉਹਨੂੰ ਸੇਵਾ ਲਾ ਦੇਣੀ, ਜਾਂ ਉਹਨੂੰ ਬਾਣੀ ਲਾ ਦੇਣੀ, ਭਾਈ ਤੂੰ ਬਾਣੀ ਪੜ੍ਹਨੀ ਹੈ, ਤੂੰ ਬਾਣੀ ਕੰਠ ਕਰਨੀ ਹੈ, ਜਾਂ ਤੂੰ ਕੋਈ ਸਿੰਘਾਂ ਦੀ ਹੋਰ ਸੇਵਾ ਕਰਨੀ, ਘੋੜਿਆਂ ਦੀ ਲਿੱਧ ਹਟਾਉਣੀ ਹੈ ਜਾਂ ਘੋੜਿਆਂ ਨੂੰ ਪਾਣੀ, ਇਹੋ ਜਿਹੀ ਸੇਵਾ ਹੁੰਦੀ, ਹੋਰ ਕਤਲ ਥੋੜ੍ਹੋ ਇਹਨਾਂ ਨੂੰ ਕਰਨਾ, ਗੋਲੀ ਥੋੜ੍ਹੋ ਇਹਨਾਂ ਨੂੰ ਮਾਰਨਾ, ਸਮਝਾਉਣਾ ਹੀ ਹੈ, ਸਿੱਧੇ ਰਸਤੇ ਪਾਉਣਾ ਜਿਵੇਂ ਕਿਤੇ ਜਿਸ ਤਰ੍ਹਾਂ ਹਿਸਾਬ ਨਾਲ ਪੈ ਸਕਣ। ਫਿਰ ਉਹਨੂੰ ਅਸੀਂ ਬਾਹਰ ਕੱਢਦੇ। ਇੰਨੀ ਸ਼ਕਤੀ ਅਤੇ ਗਿਣਤੀ ਦੇ ਹੁੰਦਿਆਂ ਵੀ ਨਿਹੰਗ ਸਿੰਘ ਹਮੇਸ਼ਾ ਧਰਮ ਦੇ ਹੀ ਪੈਰੋਕਾਰ ਰਹੇ ਹਨ। ਉਹਨਾਂ ਲਈ ਧਰਮ ਹੀ ਸਭ ਤੋਂ ਵੱਡਾ ਸੱਚ ਹੈ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਸਿਆਸੀ ਦਿਲਚਸਪੀ ਕੀ ਹੈ? ਨਿਹੰਗ ਸਿੰਘਾਂ ਦੀ, ਨਿਹੰਗ ਸਿੰਘ ਜੋ ਪੁਰਾਤਨ ਹਨ, ਜੋ ਅਸਲ ਗੁਰੂ ਮਹਾਰਾਜ ਦੇ ਮਰਜ਼ਾ ਅਨੁਸਾਰ ਚੱਲਦੇ ਹਨ, ਉਹਨਾਂ ਦੀ ਸਿਆਸੀ ਕੋਈ ਸੰਬੰਧ ਨਹੀਂ ਹੈ, ਨਾ ਰੱਖਦੇ ਹਨ, ਨਾ ਅਸੀਂ ਹਰੀਆਂ ਵੇਲਾਂ ਵਾਲੇ ਵੀ ਸਿਆਸਤ ਨਾਲ ਕੋਈ ਸੰਬੰਧ ਨਹੀਂ ਰੱਖਦੇ। ਸਿਆਸਤ ਨਾਮ ਝੂਠ ਦਾ, ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚ ਕਿਤੇ ਝੂਠ ਨੂੰ ਰਤੀ ਭਰ ਥਾਂ ਨਹੀਂ, ਜੇ ਹੈ ਤਾਂ ਕੋਈ ਕੱਢ ਕੇ ਵਿਖਾਏ, ਅਤੇ ਜੇ ਝੂਠ ਨੂੰ ਥਾਂ ਨਹੀਂ ਤਾਂ ਅਸੀਂ ਉਹ ਸਿਆਸਤ ਨੂੰ ਖਾਂ ਮਖਾ ਕਿਉਂ ਆਪਣੇ ਅੰਦਰ ਲਿਆਵੀਏ? ਜਿਹੜੇ ਲੋਕ ਸਿਆਸਤ ਦੇ ਭੁੱਖੇ ਨੇ ਉਹ ਝੂਠ ਮਾਰ ਕੇ ਰਾਜ ਲੈਂਦੇ ਨੇ, ਲੋਕ ਕਤਲ ਹੁੰਦੇ ਨੇ, ਲੜਾਈਆਂ ਆਉਂਦੀਆਂ ਨੇ, ਝਗੜੇ ਹੁੰਦੇ ਨੇ, ਇਸ ਰਾਜ ਦੀ ਸਾਨੂੰ ਲੋੜ ਨਹੀਂ। ਨਿਹੰਗ ਸਿੰਘ ਜੀ ਇੰਨੇ ਸ਼ਕਤੀਸ਼ਾਲੀ, ਇੰਨੇ ਸ਼ਸਤਰਧਾਰੀ, ਪਰ ਇਹਨਾਂ ਨੇ ਕਦੀ ਕੋਈ ਰਾਜਨੀਤਿਕ ਤਾਕਤ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਐਸਾ ਕਿਉਂ? ਖਾਲਸਾ ਪਹਿਲਾਂ ਤੋਂ ਹੀ ਧਰਮ ਯੁੱਧ ਵਾਸਤੇ ਤਾਂ ਤਿਆਰ ਰਿਹਾ, ਕੋਈ ਹੋਰ ਕੋਈ ਐਸੇ ਕੋਈ ਸਿਆਸੀ ਕੰਮਾਂ ਦੇ ਵਿੱਚ ਖਾਲਸਾ ਪੰਥ ਨਹੀਂ ਪਿਆ, ਧਾਰਮਿਕ ਯੁੱਧਾਂ ਵਾਸਤੇ ਤਾਂ ਖਾਲਸਾ ਤਿਆਰ ਪੁਰ ਤਿਆਰ ਹੀ ਰਹਿੰਦਾ, ਇਹ ਸਤਿਗੁਰੂ ਜੀ ਦਾ ਕਹਿਣਾ ਵੀ ਹੈ ਬਈ ਗਰੀਬ ਗੁਰਬੇ ਦੀ ਰੱਖਿਆ ਕਰਨੀ ਹੈ। ਰਾਜਨੀਤੀ ਨੂੰ ਇਕੱਠਾ ਕੋਈ ਪਰਮਾਤਮਾ ਬੰਦਾ ਰੱਖ ਸਕੇ ਤਾਂ ਰੱਖ ਸਕੇ, ਨਹੀਂ ਤਾਂ ਝੂਠ ਅਤੇ ਸੱਚ ਇਕੱਠਾ ਨਹੀਂ ਰਹਿ ਸਕਦਾ। ਰਾਮਚੰਦਰ ਅਤੇ ਕ੍ਰਿਸ਼ਨ ਦੋ ਬਾਦਸ਼ਾਹ ਹੋਏ ਨੇ ਜਿਨ੍ਹਾਂ ਰਾਜਨੀਤੀ ਨੂੰ ਇਕੱਠਾ ਰੱਖਿਆ, ਜੇ ਕਿ ਰਾਮਚੰਦਰ ਰਾਜਨੀਤੀ ਨੂੰ ਇਕੱਠਾ ਰੱਖ ਕੇ ਜੇ ਉਹਦੇ 'ਚ ਆਪਣਾ ਨੀਤੀ ਇਹ ਹੀ ਹੁੰਦੀ ਭਰਾ ਮਾਰਨ ਵਾਲੀ, ਅਤੇ ਭਰਤ ਨੂੰ ਮਾਰ ਕੇ ਉੱਥੇ ਬਹਿ ਸਕਦੇ ਹਨ, ਉਹਨਾਂ ਨੂੰ 14 ਵਰਸ ਬਨਵਾਸ ਕੱਟਣ ਦੀ ਕੀ ਲੋੜ ਸੀ? ਪਰ ਨਹੀਂ, ਉਹ ਧਰਮੀ ਵੀ ਸਨ ਅਤੇ ਰਾਜੇ ਵੀ ਸਨ। ਹੁਣ ਜਿਹੜੇ ਰਾਜੇ ਨੇ ਹੁਣ ਦੇ ਉਹ ਧਰਮੀ ਨਹੀਂ ਅਤੇ ਰਾਜੇ ਹੈਨ, ਧਰਮ ਤੋਂ ਬਿਨਾਂ ਗੱਲ ਨਹੀਂ ਬਣਦੀ, ਧਰਮ ਤੋਂ ਬਿਨਾਂ ਮਨੁੱਖ ਜਿਹੜਾ ਅਧੂਰਾ ਹੈ। ਅਸੀਂ ਰਾਜ ਦੇਣ ਵਾਲੇ ਹਾਂ, ਅਸੀਂ ਲੈਣ ਵਾਲੇ ਰਾਜ ਨਹੀਂ, ਅਸੀਂ ਬਖਸ਼ਣ ਵਾਲੇ ਹਾਂ ਰਾਜ। ਸਾਡੇ ਕੋਲੋਂ ਰਾਜ ਮੰਗਦੇ ਨੇ ਆਣ ਕੇ ਗੋਡੇ ਟੇਕ ਕੇ, ਵੀ ਰਾਜ ਦਿਓ। ਖਾਲਸੇ ਦੀ ਅਰਦਾਸ ਪ੍ਰਵਾਨ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗੇ ਮਾਣ, ਪੰਚਾਂ ਕਾ ਗੁਰੇ ਇੱਕ ਧਿਆਨ, ਪੰਜ ਸਿੰਘਾਂ 'ਤੇ ਅਰਦਾਸ ਕਰਾਵੋ, ਜੋਬਰ ਮੰਗੋ ਸੋਬਰ ਪਾਵੋ। ਅਤੇ ਅਸਾਂ ਕਿਹਦੇ ਕੋਲ ਰਾਜ ਮੰਗਣਾ? ਮੰਗਤਿਆਂ ਕੋਲ ਰਾਜ ਕੀ ਮੰਗਣਾ? ਜਿਹੜੇ ਦੁਨੀਆਂ ਦੇ ਮੰਗਤੇ ਨੇ ਉਹਨਾਂ ਕੋਲ ਅਸਾਂ ਕੀ ਲੈਣਾ? ਸਾਡੇ ਕੋਲ ਨੇਚਰ ਰਾਜ ਦੇ ਬੇਗਮਪੁਰਾ ਸ਼ਹਿਰ ਕੋਲ ਨਾ, ਇਸ ਰਾਜ ਦੀ ਸਾਨੂੰ ਤਿੰਨ ਗੁਣੀ ਸੰਸਾਰ ਦੇ ਰਾਜ ਦੀ ਲੋੜ ਨਹੀਂ, ਜਿਹਦੇ 'ਚ ਰੋਜ਼ ਬੰਦੇ ਮਰਨ ਅਤੇ ਰੋਜ਼ ਮਾਰਨ, ਇਹ ਕੋਈ ਰਾਜ ਹੈ? ਅਸਾਂ ਇਹਨਾਂ ਦੁਨੀਆਂ ਦੇ ਬੰਦਿਆਂ ਕੋਲੋਂ ਰਾਜ ਨਹੀਂ ਲੈਣਾ, ਸਾਨੂੰ ਰਾਜ ਅਕਾਲ ਪੁਰਖ ਨੇ ਦੇਣਾ ਅਤੇ ਸੱਚ ਦਾ ਰਾਜ ਦੇਣਾ। ਅਤੇ ਸਾਡੇ ਰਾਜ ਵਿੱਚ ਕੋਈ ਦੁਖੀ ਨਹੀਂ ਰਹਿਣਾ, ਕੁੱਲੀ ਗੁੱਲੀ ਅਤੇ ਜੁੱਲੀ, ਇਹਦੇ ਤੋਂ ਕੋਈ ਭੁੱਖਾ ਨਿਰਾਸਾ ਨਹੀਂ ਰਹੇਗਾ। ਮਾਇਆ ਇਕੱਠੀ ਕਰਕੇ ਦੇਵੇਂਗੇ ਲੰਗਰ ਲਾਇਕ, ਨੰਗਾ ਭੁੱਖਾ ਰਸੀਆ ਖਾਲੇ ਕੋਈ ਨਾ ਜਾਏ।
ਸਾਡੇ ਰਾਜ ਦੇ ਵਿੱਚ ਕੋਈ ਖਾਲੀ ਨਹੀਂ ਜਾਏਗਾ, ਨੰਗਾ ਨਹੀਂ ਰਹੇਗਾ, ਭੁੱਖਾ ਨਹੀਂ ਰਹੇਗਾ। ਇਹਨਾਂ ਦੇ ਰਾਜ ਦੇ ਵਿੱਚ ਤਾਂ ਲੋਕ ਕਰੋਨਾ ਭੁੱਖੇ ਲੱਗੇ ਫਿਰਦੇ ਨੇ, ਟੇਸ਼ਨਾਂ ਦੇ ਪਏ ਨੇ, ਝੌਂਪੜੀਆਂ 'ਚ ਪਏ ਨੇ। ਓ ਖੁਸ਼ੀਆਂ ਦੇ ਜਨਕਾਰੇ ਜਾਵੇ ਗੁਰੂ ਤੇਗ ਬਹਾਦਰ ਦੇ, ਬਾਬਾ ਜੀਵਨ ਸਿੰਘ ਦੇ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ, ਬਾਬੇ ਨਾਨਕ ਦੇ, ਗੁਰੂ ਗ੍ਰੰਥ ਸਾਹਿਬ ਪੰਥ ਦੇ, ਮਨ ਨੂੰ ਭਾਵੇ ਨਾ। ਵਾਹਨ ਸਿੰਘਾਰੇ ਰਹੇ ਵਾਹਨ ਸਿੰਘਾਰੇ ਰਹੇ, ਬਾਜਤੇ ਨਗਾਰੇ ਰਹੇ, ਵਾਹਨ ਸਿੰਘਾਰੇ ਰਹੇ, ਬਾਜਤੇ ਨਗਾਰੇ ਰਹੇ। ਨਿਹੰਗ ਸਿੰਘ ਆਪਣੀ ਪਰੰਪਰਾ ਦਾ ਅਜਾਇਬ ਘਰ ਹੀ ਨਹੀਂ ਬਲਕਿ ਉਸ ਪਰੰਪਰਾ ਨੂੰ ਜਿਉਣ ਦੀ ਅਮਿੱਟ ਲਾਲਸਾ ਵੀ ਹਨ। ਉਹ ਮੋਹ ਮਾਇਆ ਤੋਂ ਮੁਕਤ ਅਜਿਹੇ ਪਾਂਧੀ ਹਨ ਜੋ ਹਮੇਸ਼ਾ ਗੁਰੂ ਨੂੰ ਆਪਣੇ ਰੂਬਰੂ ਦੇਖਦੇ ਹਨ। ਨਿਹੰਗਾਂ ਦਾ ਪੰਥ ਸਿੱਖ ਇਤਿਹਾਸ ਅਤੇ ਸਿੱਖ ਵਿਸ਼ਵਾਸ ਦੀ ਉਹ ਜਿਉਂਦੀ ਜਾਗਦੀ ਤਸਵੀਰ ਹੈ ਜਿਸ ਵਿੱਚ ਅਥਾਹ ਤਾਕਤ, ਆਸਥਾ ਅਤੇ ਸੁਹਿਰਦਤਾ ਦੀ ਧੜਕਣ ਮਹਿਸੂਸ ਕੀਤੀ ਜਾ ਸਕਦੀ ਹੈ। ਅਜਿਹੀ ਤਸਵੀਰ ਜਿਸ 'ਤੇ ਮੂੰਹ ਬੋਲਦੇ ਰੰਗ ਸਾਖੀ ਭਰਦੇ ਨੇ ਕਿ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਨਿਸ਼ਾਨ ਆਕਾਸ਼ ਵਿੱਚ ਝੂਲ ਰਹੇ ਹਨ ਅਤੇ ਸਰਬੱਤ ਦੇ ਪਲੇ ਦੀ ਧੁਨੀ ਪੈਦਾ ਕਰ ਰਹੇ ਹਨ। ਝੂਲਦੇ ਨਿਸ਼ਾਨ ਰਹੇ ਸੱਚੇ ਪਾਤਸ਼ਾਹ ਕੇ।